ਹਾਂਜੀ ਹੰਬਲਾ ਉਹ ਸਵਕਤ ਨਾ ਲੋਕ ਜਾਂਦੇ ਸੀ ਜਥੇ, ਪਰ ਪਿੰਡ ਤੇ ਜਿਹੜੇ ਲੋਕ ਸੀ ਨਾ ਮੁਸਲਮਾਨ ਮੁਸਲਮਾਨ ਇਹ ਅਸੀਂ ਵੀ ਆਪਣੀ ਕੰਨੀ ਸੁਣਿਆ, ਉਹਨਾਂ ਲੋਕਾਂ ਨੇ ਡੱਕ ਦਿੱਤਾ। ਪਰ ਮੈਂ ਜਿਸ ਵਕਤ ਬਾਹਰ ਨੂੰ ਜਾਂਦਾ ਅਤੇ ਆਪਣੇ ਖਾਨਦਾਨ ਦੀ ਜਾਇਦਾਦ ਵੇਖਦਾ ਅਤੇ ਉਹਨਾਂ ਦੇ ਮਕਾਨ ਅਤੇ ਉਹਨਾਂ ਦੇ ਰਹਿਣ ਬਹਿਣ ਵਾਲੀ ਜਗ੍ਹਾ, ਉਸ ਵਕਤ ਮੈਨੂੰ ਆ ਕੇ ਘਰ ਨਾਲ ਕੁਛ ਹੋ ਜਾਂਦਾ ਮੇਰੇ ਉੱਤੇ। ਹੁਣ ਤੱਕ ਯਾਦ ਹੀ ਆਉਂਦੀ ਹੈ ਕਿਉਂਕਿ ਇੱਕ ਤਖ਼ਤ ਤੋਂ ਤਖ਼ਤੇ 'ਤੇ ਡਿੱਗਣ ਵਾਲੀ ਗੱਲ ਹੈ ਸਾਡੀ। ਹਾਂਜੀ ਬਾਕੀ ਕੋਈ ਜਾਣ ਦਾ ਮੌਕਾ ਨਹੀਂ ਮਿਲਿਆ, ਹੋ ਸਕਦਾ ਜੇ ਤਾਂ ਨਾ ਕਿਤੇ ਭਲੇ ਵਕਤ ਦੇ ਵਿੱਚ ਸਾਡੇ ਕੋਈ ਸਿਆਣੇ ਕੋਸ਼ਿਸ਼ ਕਰਦੇ ਜਾ ਕੇ ਥੋੜ੍ਹ ਬਹੁਤ ਲੈ ਆਉਂਦੇ, ਕਈ ਤਰ੍ਹਾਂ ਦੇ ਹਾਲਾਤ ਠੀਕ ਵੀ ਹੋ ਸਕਦੇ ਸੀ। ਤੁਹਾਨੂੰ ਜਗ੍ਹਾ ਯਾਦ ਆ ਕਿੱਥੇ ਦੱਬਿਆ ਸੀ? ਹਾਂ ਭਾਈ ਘਰਦਿਆਂ ਦੇ ਦੱਸਣ ਦੇ ਮੁਤਾਬਕ, ਪਰ ਉਹ ਕਰਨਾ ਲੋਕ ਨਹੀਂ ਜਾ ਪਰ ਉੱਥੇ ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ, ਹਾਂਜੀ, ਕਿ ਹੁਸ਼ਿਆਰਪੁਰ ਦਾ ਚੜ੍ਹਦਾ ਪਾਸਾ ਕੰਢੀ ਦਾ ਇਲਾਕਾ, ਹਾਂਜੀ, ਬਹੁਤਾ ਸਿਆਲਕੋਟੀਆਂ ਨੂੰ ਪਿਆ ਸੀ। ਹਾਂ ਠੀਕ ਹੈ। ਸਾਡੇ ਨਾਲ ਹੁਣ ਵੀ ਇਸ ਵੇਲੇ ਜਿਹੜੇ ਬਜ਼ੁਰਗ ਬੈਠੇ ਆ ਉਹ ਸਿਆਲਕੋਟ ਦੀ ਤਹਿਸੀਲ ਪਸਰੂਰ ਤੋਂ ਆਏ, ਅਤੇ ਇਸ ਵੇਲੇ ਜਿਸ ਅਸੀਂ ਪਿੰਡ 'ਚ ਬੈਠੇ ਹਾਂ ਉਹਦਾ ਨਾਂ ਆ ਮਾਂਝੀ, ਮਾਂਝੀ ਕੰਢੀ ਇਲਾਕੇ ਦਾ ਇੱਕ ਪਿੰਡ ਹੈ ਜੀ। ਬਾਕੀ ਗੱਲਾਂ ਕਰਦੇ ਹਾਂ ਜੀ ਬਜ਼ੁਰਗਾਂ ਨਾਲ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਜੋਗਿੰਦਰ ਸਿੰਘ। ਅਤੇ ਬਜ਼ੁਰਗਾਂ ਨੇ ਵੀ ਨਾਂ ਦੱਸ ਦਿਓ ਬਾਬੇ ਪੜਦਾਦੇ ਦੇ। ਹਾਂ ਭਾਈ ਠੀਕ ਹੈ। ਬਾਪ ਦਾ ਨਾਂ ਕਰਮ ਸਿੰਘ ਸੀ ਜੀ, ਦਾਦਾ ਜੀ ਦਾ ਨਾਂ ਬੇਲੀ ਰਾਮ ਸੀ ਜੀ, ਪੜਦਾਦੇ ਦਾ ਨਾਂ ਚੌਧਰੀ ਗੰਡੂ ਸੀ, ਗੰਡੂ। ਅੱਛਾ, ਕਿਉਂਕਿ ਉਹ ਤੋਂ ਇਸੇ ਤਰ੍ਹਾਂ ਛੋਟੇ ਛੋਟੇ ਨਾਂ ਰੱਖਦੇ ਸੀ। ਹਾਂਜੀ ਠੀਕ ਹੈ ਜੀ। ਇਹਦਾ ਮਤਲਬ ਤੁਹਾਡੇ ਪਿਤਾ ਜੀ ਦਾ ਨਾਂ ਸੀ ਪਹਿਲਾਂ ਜਿਹਦੇ ਨਾਲ ਸਿੰਘ ਲੱਗਿਆ? ਹਾਂਜੀ ਹਾਂ ਠੀਕ ਆ। ਤੁਸੀਂ ਦੇਖਿਆ ਆਪਣੇ ਬਾਬਾ ਜੀ? ਨਾ ਭਾਈ ਨਹੀਂ ਦੇਖੇ। ਠੀਕ ਹੈ ਜੀ। ਕਿਹੜੇ ਪਿੰਡ ਜਨਮ ਹੋਇਆ ਸੀ ਤੁਹਾਡਾ? ਰੱਥਾ ਜੱਠਾ ਦਾ, ਪਾਕਿਸਤਾਨ ਦੇ ਵਿੱਚ। ਕਿੱਥੇ ਸੀ ਪਿੰਡ ਬਾਬਾ ਜੀ? ਤਹਿਸੀਲ ਪਸਰੂਰ, ਥਾਣਾ ਸਤਰਾ, ਅਤੇ ਬਾਕੀ ਇੱਕ ਕਸਬਾ ਲਾਗੇ ਸੀ ਕਰਾਵਾਲਾ। ਅੱਛਾ ਕਰਾਰਵਾਲਾ, ਜਿਹੜਾ ਬਾਜਵਿਆਂ ਦਾ ਵੱਡਾ ਪਿੰਡ। ਹਾਂ ਜਿਹੜਾ ਬਾਜਵਿਆਂ ਦਾ ਘਰ ਸੀ ਸਭ ਤੋਂ ਵੱਡਾ ਪਿੰਡ। ਹਾਂਜੀ ਠੀਕ। ਉਹ ਵੀ ਉਹ ਜਿਹੜਾ ਪਿੰਡ ਸੀਗਾ, ਹਾਂਜੀ, ਨਾਲ ਨਾਲ ਕਿਹੜੇ ਪਿੰਡ ਸੀ ਯਾਦ ਹੈ? ਹਾਂ ਭਾਈ ਯਾਦ ਨਹੀਂ ਕੁਝ, ਇਹ ਨਾਲ ਪਿੰਡ ਇੱਕ ਭੇਜੋ ਕੇ ਸੀ। ਕਿਹੜਾ? ਭੇਜੋ ਕੇ। ਭੇਜੋ ਕੇ, ਹਾਂਜੀ। ਅਤੇ ਇੱਕ ਸੌਂਕਣ ਮਿੰਟਾਂ ਸੀ ਲੱਗ ਗਈ, ਬਾਕੀ ਇੱਕ ਸੀ ਹੋਰ ਇਸੇ ਤਰ੍ਹਾਂ ਖੁਦ ਮਹਿਮਦ ਵਾਲੇ ਉਹ ਜਿਹੇ ਪਿੰਡ ਹੈ ਸੀ ਲੱਗ। ਠੀਕ ਹੈ ਜੀ। ਹਾਂਜੀ ਬਾਕੀ ਜਿਹੜਾ ਕਸਬਾ ਹੈ ਉਹ ਕਰਾ ਵਾਲਾ ਸੀ ਸਾਡੇ ਪਿੰਡ ਦਾ। ਤੁਹਾਡੀ ਗੋਤ ਜਠੌਲ ਹੀ ਸੀ? ਹਾਂਜੀ ਸਾਡੀ ਗੋਤ ਜਠੌਲ। ਬਾਬੇ ਜਠੌਲਾਂ ਦੇ ਕਿੰਨੇ ਕੁ ਪਿੰਡ ਸੀਗੇ ਉੱਧਰ? ਹਾਂਜੀ ਇਸ ਤਰ੍ਹਾਂ ਜੀ 12 ਪਿੰਡ ਸੀ, ਸੁਣ ਜੇਕਰ 12 ਪਿੰਡ। ਕੋਈ ਨਾਂ ਯਾਦ ਆ ਇਹ ਪਿੰਡਾਂ ਦਾ ਕਿ ਬੰਦਿਆਂ ਦਾ? ਨਹੀਂ ਜਿਹੜੇ ਜਠੌਲਾਂ ਦੇ ਪਿੰਡ ਸੀਗੇ। ਹਾਂਜੀ ਭਾਈ ਯਾਦ ਦੱਸਿਆ ਤੁਹਾਨੂੰ 2 ਕੁ ਪਿੰਡ, ਭੇਜੋ ਕੇ, ਹਾਂਜੀ ਭੇਜੋ ਕੇ, ਅਤੇ ਨਾਲ ਹੀ ਮਹਿਮਦ ਬਾਲ, ਹੋਰ ਪਾਸੂ ਪੰਨੂ ਦੇ ਇੱਥੇ ਨਿਆ ਜਹਾਨ ਖੇਲਾਂ 'ਚ ਇਹਨਾਂ ਦੀ ਗੋਤ ਹੋਰ ਸੀ। ਅੱਛਾ ਪਾਸੂ ਪੰਨੂ ਵੀ ਨਾਲ ਸੀ ਸਾਡੇ। ਹਾਂਜੀ ਇਹਨਾਂ ਦੀ ਗੋਤ ਤਾਂ ਪੰਨੂ ਹੀ ਆ ਜੀ। ਹਾਂ ਇਹਨਾਂ ਦੀ ਗੋਤ ਪੰਨੂ। ਅਤੇ ਬਾਬਾ ਜੀ ਤੁਹਾਡੇ ਪਿੰਡ ਦੇ ਵਿੱਚ ਕੁਝ ਮੁਸਲਮਾਨ ਵੀ ਹੋਣਗੇ? ਬਹੁਤ ਜ਼ਿਆਦਾ। ਉਹ ਵੀ ਜਠੌਲੇ ਹੋਣਗੇ? ਹਾਂਜੀ ਉਹ ਵੀ ਜਠੌਲੇ। ਕੁਛ ਉਹਨਾਂ ਬਾਰੇ ਦੱਸੋ। ਹਾਂ ਭਾਈ ਜਿਸ ਵਕਤ ਅਸੀਂ ਉੱਥੇ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀ ਉਹਨਾਂ ਲੋਕਾਂ ਦੇ ਨਾਲ ਮਿਲ ਵਰਤਣ ਕੇ ਹੈ ਸੀ ਬਹੁਤ ਚੰਗਾ, ਕਿਉਂਕਿ ਉਹਦੀ ਵਜ੍ਹਾ ਇਹ ਸੀ ਸਾਡਾ ਜਿਹੜਾ ਖਾਨਦਾਨ ਸੀ ਨਾ ਇਹ ਸਾਰੇ ਪਿੰਡ ਦੇ ਵਿੱਚੋਂ ਸਿਰ ਕਢਵਾਉਣ ਸੀ, ਜ਼ਮੀਨ ਜ਼ਿਆਦਾਤ ਰਹਿਣ ਬਹਿਣ ਵਾਲੀ ਜਗ੍ਹਾ ਬਹੁਤ ਜ਼ਿਆਦਾ ਸੀ, ਇਸ ਕਰਕੇ ਉਹ ਜਿੰਨੇ ਵੀ ਲੋਕ ਪਿੰਡ ਦੇ ਸੀ ਨਾ ਉਹ ਸਭ ਇਹਨਾਂ ਦੀ ਇੱਜ਼ਤ ਕਰਦੇ ਸੀ। ਬਾਕੀ ਉਸ ਤੋਂ ਬਾਅਦ ਇੱਕ ਸਾਡੇ ਪੜਦਾਦੇ ਦਾ ਭਰਾ ਸੀ ਉਹ ਪਤਾ ਨਹੀਂ ਉਸ ਵਕਤ ਦੇ ਵਿੱਚ ਮੁਸਲਮਾਨ ਹੋ ਗਿਆ ਸੀ। ਅੱਛਾ। ਹਾਂਜੀ ਉਹ ਸਾਡਾ ਆਦੀ ਸੀ। ਅੱਛਾ ਉਹਦਾ ਅੱਗੋਂ ਇੱਕ ਲਟਕਾ ਸੀ ਉਹਨੂੰ ਮਲਕ ਸਾਹਿਬ ਆਉਂਦੇ ਸੀ,
ਉਹਦਾ ਘਰ ਸਾਡੇ ਆਉਣ ਜਾਣ ਆ ਕੇ ਰਹਿਣਾ ਵੀ, ਰੋਟੀ ਪਾਣੀ ਵੀ ਉੱਥੋਂ ਹੀ ਖਾਣਾ ਮਲਕ ਸਾਹਿਬ ਨੇ, ਕਿਉਂਕਿ ਉਹਨਾਂ ਦੇ ਅੱਜ ਵੀ ਨਾ ਜਦੋਂ ਆ ਬਹੁਤ ਜ਼ਿਆਦਾ ਨਾ ਮਨਾਈ ਨਹੀਂ ਸੀ, ਉਦੋਂ ਕਈ ਵਾਰਾਂ ਚਿੱਠੀਆਂ ਵੀ ਆ ਜਾਂਦੀਆਂ ਸੀ, ਸਾਨੂੰ ਤਾਂ ਨਹੀਂ ਆਈ ਕਿਉਂਕਿ ਅਸੀਂ ਉਸ ਵਕਤ ਛੋਟੇ, ਸਾਡਾ ਇੱਕ ਫੁੱਫੜ ਜੀ ਸੀ ਉਹ ਟਾਂਡੇ ਦੇ ਕੋਲ ਪਿੰਡ ਮਾਨਪੁਰ ਰਹਿੰਦੇ ਨੇ, ਪਿੱਛੋਂ ਪੀ ਲਿਓ ਕਹਿੰਦੇ ਸੀ, ਉਸ ਬੰਦੇ ਨੂੰ ਸਾਰੇ ਸਾਡੇ ਪਿੰਡਾਂ ਦੀ ਨੌਲੇਜ ਸੀ, ਕਿਉਂਕਿ ਇਹ ਕਿਤੇ ਉਹ ਉਸ ਵਕਤ ਦੇ ਵਿੱਚ ਜਲਦਾ ਸੀ, ਉਸ ਤੋਂ ਪਹਿਲਾਂ ਉਹ ਪੜ੍ਹਿਆ ਲਿਖਿਆ ਸੀ, ਥਾਣੇਦਾਰੀ ਦਾ ਕੋਰਸ ਵੀ ਉਹਨੇ ਕੀਤਾ। ਬਾਬਾ ਜਿਹੜਾ ਤੁਹਾਡਾ ਪੜਦਾਦਾ ਮੁਸਲਮਾਨ ਹੋ ਗਿਆ ਸੀ, ਪੜਦਾਦੇ ਦਾ ਭਰਾ, ਹਾਂਜੀ, ਉਹਦਾ ਨਾਮ ਕੀ ਸੀ? ਉਹਦੇ ਨਾਂ ਦਾ ਪਤਾ ਨਹੀਂ, ਜਿਹੜਾ ਉਹਦਾ ਅੱਗੋਂ ਸੀ ਨਾ ਜਿਹਨੂੰ ਸਾਡਾ ਫਾਦਰ ਸਾਹਿਬ ਚਾਚਾ ਜੀ ਆਉਂਦੇ ਸੀ, ਉਹਦਾ ਨਾਮ ਮਲਕ ਸਾਹਿਬ ਸੀ। ਮਲਕ ਸਾਹਿਬ ਸੀ, ਹਾਂਜੀ, ਪੂਰਾ ਪਿਆਰ ਸੀ ਉਹਦੇ ਨਾਲ। ਹਾਂ, ਉਹਦਾ ਪਿਆਰ, ਉਹਨੇ ਘਰ ਸਾਡੇ ਆ ਕੇ ਕਈ ਕਈ ਚਿਰ ਰਹਿਣਾ, ਉੱਥੇ ਹੀ ਅੰਨ ਪਾਣੀ ਖਾਣਾ। ਬਾਕੀ ਕਿਉਂਕਿ ਉਸ ਵਕਤ ਦੇ ਵਿੱਚ ਨਾ ਸਾਡੇ ਕੋਲ ਜ਼ਮੀਨ ਮਰਦਾ ਬਹੁਤ ਖੁੱਲ੍ਹਾ ਸੀ, ਬਾਕੀ ਸਾਡੇ ਕੋਲ ਰਹਿਣ ਵਾਲੀ ਨਾ ਬਹੁਤ ਵੱਡੀ ਖੁੱਲ੍ਹੀ ਜਗ੍ਹਾ ਸੀ, ਜਿਹੜੀ ਕਿਸੇ ਵਕਤ ਦੇ ਵਿੱਚ ਪਤਾ ਨਹੀਂ ਉਹ ਜਿਹੜਾ ਪੜਦਾਦਾ ਸਾਡਾ ਸੀ ਨਾ ਉਹਨਾਂ ਨਿੱਕੀ ਜਿਹੜੀ ਦੀ ਬਣਵਾਈ ਹੋਈ, ਜਿਹਦੇ ਵਿੱਚ ਨਾ ਹਮੇਸ਼ਾ ਵਾਸਤੇ 30 ਮੰਜੇ ਜਿਹੜੇ ਵੱਡੇ ਵੱਡੇ ਆ ਜਿੱਦਾਂ ਦੇ ਲੋਕ ਬਣਾਉਂਦੇ ਸੀ ਉਹ ਉੱਥੇ ਡੱਠੇ ਹੁੰਦੇ ਸੀ। ਉੱਥੇ ਹੀ ਪੁਲਿਸ ਅਫਸਰਾਂ ਨੇ ਹੋਰ ਜਿੰਨੇ ਮਹਿਕਮੇ ਤਹਿਸੀਲ ਦੇ DC ਤੱਕ ਵਜਾ ਕੇ ਲੈਂਦੇ, ਅਤੇ ਉਸੇ ਹੀ ਨਾ ਬੈਠਕ ਦੀ ਚੌਥੀ ਨੁੱਕਰ ਦੇ ਉੱਤੇ 3 ਕਿੱਲੇ ਦਾ ਵੇੜ ਸੀ, ਉਹਦੇ ਵਿੱਚ ਖੂਹ ਸੀ ਲੱਗਾ, ਉਹਦੇ ਵਿੱਚ ਘੋੜੀਆਂ ਦੇ ਪੱਠੇ ਪੁੱਠੇ ਖਾਣ ਵਾਸਤੇ ਖੁਰਲੀਆਂ ਵੀ ਬਣੀਆਂ ਹੋਈਆਂ ਪਾਣੀ ਡਾਉਣ, ਉਹ ਜਿਹੜੇ ਬੰਦੇ ਲੋਕ ਬਾਹਰ ਆ ਕੇ ਰਹਿੰਦੇ ਸੀ ਨਾ ਅਫਸਰ, ਉਹਨਾਂ ਦੇ ਨਹਾਉਣ ਧੋਣ ਦਾ ਵੀ ਇੰਤਜ਼ਾਮ ਉੱਥੇ ਸੀ ਹੁੰਦਾ। ਇਸ ਕਰਕੇ ਨਾ ਸਾਡਾ ਉਸ ਪਿੰਡ ਦੇ ਵਿੱਚ ਰੱਤੇ ਜਠੌਲਾਂ ਦੇ ਮੇਲ ਵਰਤਨ ਲੋਕਾਂ ਨਾਲ ਬਹੁਤ ਸੀ। ਕੋਈ ਨਾਂ ਯਾਦ ਆ ਮੁਸਲਮਾਨਾਂ ਦੇ, ਬੱਚਿਆਂ ਦੇ ਜਾਂ ਵੱਡਿਆਂ ਦੇ? ਇੱਕ ਤਾਂ ਇਹਦਾ ਮਲਕ ਸਾਹਿਬ ਦਾ ਨਾਂ ਯਾਦ ਹੈ, ਉਹ ਜਿਹੜਾ ਸਾਡੇ ਨਾ ਫਾਦਰ ਦਾ ਚਾਚਾ ਜੀ ਆਉਂਦੇ ਸੀ ਸਾਡੇ ਫਾਦਰ, ਉਹਦਾ ਅੱਗੋਂ ਇੱਕ ਲਟਕਾ ਸੀ, ਉਹਦੀ ਇੱਕ ਵਾਰੀ ਚਿੱਠੀ ਆਈ, ਉਹਦਾ ਨਾਂ ਮੁਹੰਮਦ ਸ਼ਰੀਫ ਨੰਬਰ ਦਾ। ਕੀ ਲਿਖਿਆ ਉਹਨੇ ਚਿੱਠੀ 'ਚ? ਉਹਨੇ ਇਹ ਲਿਖਿਆ ਕਿ ਜਿਸ ਵਕਤ ਨਾ ਮੈਂ ਬਾਹਰ ਨੂੰ ਜਾਂਦਾ ਕਿ ਮੇਰੇ ਕੋਲ ਇਸ ਵਕਤ ਬਹੁਤ ਕੁਛ ਹੈ, ਮੈਨੂੰ ਕਿਸੇ ਗੱਲ ਦੀ ਤੰਗੀ ਨਹੀਂ, ਪਰ ਮੈਂ ਜਿਸ ਵਕਤ ਬਾਹਰ ਨੂੰ ਜਾਂਦਾ ਅਤੇ ਆਪਣੇ ਖਾਨਦਾਨ ਦੀ ਜਾਇਦਾਦ ਵੇਚਣਾ ਅਤੇ ਉਹਨਾਂ ਦੇ ਮਕਾਨ ਅਤੇ ਉਹਨਾਂ ਦੇ ਰਹਿਣ ਬਹਿਣ ਵਾਲੀ ਜਗ੍ਹਾ, ਉਸ ਵਕਤ ਮੈਨੂੰ ਆ ਕੇ ਕਰਨਾ ਕੁਛ ਹੋ ਜਾਂਦਾ ਮੇਰੇ ਦਿਲ ਨੂੰ। ਫਿਰ ਮੈਂ ਕਈ ਕਈ ਦਿਨ ਨਾ ਮੰਜੇ ਤੋਂ ਨਹੀਂ ਉੱਠਦਾ ਕਿ ਮੇਰੀ ਕੋਈ ਪੇਸ਼ ਨਹੀਂ ਜਾਂਦੀ ਕਿ ਮੈਂ ਇਸ ਵਕਤ ਕੀ ਕਰਾਂ। ਵਾਕਈ ਬਹੁਤ ਪਿਆਰ ਕਰਦਾ ਸੀ ਤੁਹਾਨੂੰ? ਹਾਂਜੀ, ਕਿਉਂਕਿ ਖਾਨਦਾਨ ਮੈਨੂੰ ਆਪ ਹੀ ਇਸ ਗੱਲ ਦਾ ਚੇਤਾ ਹੈ, ਉਹ ਜਿਹੜੇ ਸਾਡੇ ਦਾਦਾ ਜੀ ਲੱਗਦੇ ਸੀ ਨਾ ਮਲਕ ਸਾਹਿਬ, ਉਹਨਾਂ ਉਸ ਬੈਠਕ ਦੇ ਵਿੱਚ ਆ ਕੇ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਅਫਸਰ ਆ ਕੇ ਬਹਿੰਦੇ ਸੀ, ਉਹਨਾਂ ਉੱਥੇ ਆ ਕੇ ਆਪਣਾ ਨਾ ਵਕਤ ਕੱਟਣਾ, ਕੁਛ ਉਹ ਦਵਾਈਆਂ ਦਵਾਈਆਂ ਵੀ ਬਣਾਉਂਦੇ ਸੀ। ਉਦੋਂ ਆ ਤੁਹਾਨੂੰ ਪਤਾ ਹੀ ਹੋਣਾ ਕਿ ਆ ਜਿੱਦਾਂ ਹੁਣ ਪੱਥਰ ਅਸੀਂ ਆਉਂਦੇ ਹਾਂ ਨਾ, ਜਿਹਨਾਂ ਨੂੰ ਖਿੰਗਰ ਆਉਂਦੇ ਨੇ, ਉਹ ਉਹਨੇ ਬਹੁਤ ਇਕੱਠੇ ਕਰਕੇ ਲਿਆਉਣੇ, ਉੱਥੇ ਕੁੱਟ ਕੁੱਟ ਕੇ ਦਵਾਈਆਂ ਬਣਾਉਣੀਆਂ ਅਤੇ ਲੋਕਾਂ ਨੂੰ ਦੇਣੀਆਂ। ਇਸੇ ਤਰ੍ਹਾਂ ਦੇ ਵਕਤ ਮਾੜਾ ਜ਼ਮੀਨ ਵਧੀਆ ਸੀ ਪਿੰਡ ਦੀ? ਹਾਂਜੀ, ਜ਼ਮੀਨ ਬਹੁਤ ਵਧੀਆ ਸੀ। ਕੋਈ ਮੇਲਾ ਯਾਦ ਆ ਨੇੜੇ ਲੱਗਦਾ ਹੋਵੇ? ਹਾਂਜੀ, ਮੇਲਾ ਇੱਕ ਸਾਡੇ ਇਲਾਕੇ ਕੋਈ 5-4 ਮੀਲ 'ਤੇ ਗੁੱਲੂ ਸ਼ਾਹ ਦੀ ਜਗ੍ਹਾ ਸੀ। ਹਾਂਜੀ, ਠੀਕ ਹੈ, ਉੱਥੇ ਮੇਲਾ ਬਹੁਤ ਲੱਗਦਾ ਸੀ ਇੱਕ ਮਹੀਨਾ, ਜਿੱਦਾਂ ਨਾ ਇੱਥੇ ਅੰਮ੍ਰਿਤਸਰ 'ਚ ਵਿਸਾਖੀ ਦਾ ਮੇਲਾ ਇੱਕ ਮਹੀਨਾ ਲੱਗਦਾ ਹੈ, ਡੰਗਰਾਂ ਦੀਆਂ ਡੈਰੀਆਂ, ਘੋੜੀਆਂ, ਘੋੜੇ ਦੂਰੋਂ ਦੂਰੋਂ ਆਉਣੇ। ਉਸ ਵਕਤ ਇਹ ਵੀ ਸੁਣਿਆ ਸੀ ਲੋਕਾਂ ਤੋਂ ਕਿ ਦੂਰੋਂ ਦੂਰੋਂ ਨਾ ਕਿੱਥੇ ਬੰਨੂ ਘਾਟ, ਉੱਥੋਂ ਤੱਕ ਲੋਕ ਨਾ ਆ ਬਲਦ ਜਿਹੜੇ ਨੇ ਉਹ ਲਿਆ ਕੇ ਉੱਥੇ ਵੇਚਦੇ ਸੀ। ਹਾਂ, ਕਿਉਂਕਿ ਉਹ ਧਰਤੀ ਦੇ ਵਿੱਚ ਨਾ ਦੱਸਦੇ ਨੇ ਕਿ ਜਿਹੜੇ ਉੱਥੋਂ ਦੇ ਡੰਗਰ ਸੀ ਨਾ ਉਹਨਾਂ ਦੇ ਪੈਰ ਖਰਾਬ ਨਹੀਂ ਸੀ ਹੁੰਦੇ, ਕੋਈ ਐਸੀ ਮਿੱਟੀ ਸੀ ਉਹ। ਹੋਰ ਕਿੰਨੀਆਂ ਕੁ ਯਾਦਾਂ ਆ? ਕੋਈ ਉੱਥੇ ਮਸੀਤ ਸੀ ਪਿੰਡ 'ਚ? ਹਾਂਜੀ, ਹੈ ਸੀ ਮਸੀਤ, ਕਿਉਂਕਿ ਅਸੀਂ ਛੋਟੇ ਸੀ ਜਦੋਂ ਪਰਲੇ ਪਾਸੇ ਸਕੂਲ ਦੇ ਵਿੱਚ ਜਾਈਦਾ ਸੀ, ਪਿੰਡ ਦੇ ਵਿੱਚ ਸਕੂਲ ਸੀ, ਉੱਥੇ ਮਸੀਤ ਵੀ ਸੀ। ਹਾਂਜੀ, ਅਤੇ ਲੱਗ ਗਏ ਨਾ ਮੈਨੂੰ ਇਹ ਵੀ ਆਖਦੇ ਅਸੀਂ ਘਰ ਉੱਥੋਂ ਨਾ ਕਿ ਜਿੱਥੋਂ ਜਾਈਦਾ ਸੀ ਨਾ ਇੱਕ ਉੱਥੇ ਦੇਸੀ ਇੱਕ ਜਾ ਰਹਿੰਦਾ ਉਹਨੂੰ ਮਿਰਜ਼ਾ ਸਾਹਿਬ ਆਉਂਦੇ ਸੀ। ਅੱਛਾ, ਹਾਂਜੀ, ਉਸ ਵਕਤ ਉਹ ਸਿਆਣਾ ਬੰਦਾ ਸੀ,
ਤੇ ਉਹਨੇ ਵੀ ਦੇ ਸੀ ਦਵਾਈਆਂ ਲੋਕਾਂ ਨੂੰ, ਉਹ ਤਾਂ ਚੱਲਦੀਆਂ ਹੀ ਦੇ ਸੀ ਅਸੀਂ। ਤੁਸੀਂ ਉਹਦੇ ਕੋਲ ਜਾਂਦੇ ਸੀ ਜਦੋਂ ਬਿਮਾਰ ਹੁੰਦੇ ਸੀ? ਹਾਂ ਭਾਈ, ਉਹਦੇ ਕੋਲ ਹੀ। ਤੁਸੀਂ ਕਦੀ ਗਏ ਸੀ ਛੋਟੇ ਹੁੰਦੇ ਉਹਦੇ ਕੋਲ? ਹਾਂ ਭਾਈ, ਸਾਡੇ ਤਾਂ ਸਾਡੀ ਭੂਆ ਇੱਕ ਸਾਡੇ ਕੋਲ ਰਹਿੰਦੀ ਸੀ, ਉਹ ਵਿਧਵਾ ਹੋ ਚੁੱਕੀ ਸੀ, ਉਹਨੇ ਉੱਥੇ ਹੀ ਖੜਨਾ। ਸਾਡੇ ਫਾਦਰ ਸਾਹਿਬ ਜੀ ਤਾਂ ਡੈਥ ਹੋ ਗਈ ਸੀ ਪਹਿਲਾਂ, ਮੈਨੂੰ ਉਹਨਾਂ ਦੀ ਦੁੱਖ ਸਵਾਲ। ਅੱਛਾ, ਹੋਰ ਪਿੰਡ ਦੇ ਵਿੱਚ ਸਾਡੇ ਖੱਤਰੀ ਬਹੁਤ ਸੀ। ਅੱਛਾ, ਸੁਨਿਆਰੇ ਵੀ ਹੈ ਸੀ, ਬ੍ਰਾਹਮਣਾਂ ਦੇ ਘਰ ਵੀ ਹੈ ਸੀ। ਬਾਕੀ ਆ ਜਿਹੜੇ ਨਾ ਮੈਰੇ ਜਿਹਨਾਂ ਨੂੰ ਅਸੀਂ ਜਾਂਦੇ ਹਾਂ ਪਾਣੀ ਪੂਣੀ ਘਰਾਂ ਦੇ ਵਿੱਚ ਲਿਆਉਣ ਵਾਲੇ, ਉਹ ਵੀ ਘਰ ਹੈ ਸੀ ਜਿਹੜੇ ਹਿੰਦੂ ਮਤ ਦੇ ਸੀ। ਕੋਲੂ ਸੀਗਾ? ਕੋਲੂ, ਹਾਂ ਭਾਈ, ਕੋਲੂ ਜੇ ਹੈ ਸੀ। ਜੇ ਸੁਖਤ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗੁਰਦੁਆਰੇ ਨੂੰ ਜਾਂਦੇ ਸੀ, ਕਿਉਂਕਿ ਜਿੱਧਰ ਮੈਂ ਤੁਹਾਨੂੰ ਦੱਸਿਆ ਨਾ ਮਲਕ ਸਾਹਿਬ ਦਾ ਘਰ ਸੀ, ਉਹ ਜਿਹੜੇ ਸਾਡੇ ਆਦੀ ਸੀ, ਉਹਦੇ ਅਗਲੇ ਪਾਸੇ ਬਾਰ ਬਾਰ ਗੁਰਦੁਆਰਾ ਸੀ। ਉੱਥੇ ਜਾਣਾ ਅਤੇ ਉਹਦੇ ਖੱਬੇ ਹੱਥ ਨਾਲ ਇੱਕ ਸੁਨਿਆਰੇ ਦੀ ਦੁਕਾਨ ਸੀ, ਉਹਦੇ ਨਾਲ ਹੀ ਕੋਲੂ ਵਾਲਿਆਂ ਦਾ ਘਰ ਸੀ, ਉੱਥੇ ਹੀ ਉਹ ਨਾ ਤੇਲ ਕੱਢਦੇ ਸੀ। ਅਤੇ ਸਕੂਲ ਕਿਹੜਾ ਸੀ ਤੁਹਾਡਾ ਜੀ? ਇਹ ਸਕੂਲ ਪਿੰਡ ਦੇ ਵਿੱਚ ਸੀ, ਸਕੂਲ ਨਾ ਚੌਥੀ ਤੱਕ ਹੀ ਸੀ, ਉਹ ਤਾਂ ਉਹਨੂੰ ਮਦਰਸਾ ਆਉਂਦੇ ਸੀ। ਜਿਹੜੇ ਨਾਲ ਪੜ੍ਹਦੇ ਸੀ ਵੀ ਉਹ ਸਾਰੇ ਇਕੱਠੇ ਹੋਣੇ, ਹਿੰਦੂ ਮੁਸਲਮਾਨ? ਹਾਂ, ਹਿੰਦੂ ਮੁਸਲਮਾਨ ਇਕੱਠੇ ਹੋਣੇ। ਹਾਂਜੀ, ਉਸ ਤੋਂ ਬਾਅਦ ਇੱਕ ਉੱਥੇ ਮੁਸਲਮਾਨ ਸੀ ਟੀਚਰ ਮਾਸਟਰ, ਇੱਕ ਸਾਡੇ ਸੀ ਹਿੰਦੂ ਮਤ ਦਾ ਹੀ ਸਿੱਖ ਸੀ ਉਹ। ਜਿਸ ਵਕਤ ਅਸੀਂ ਪਾਕਿਸਤਾਨ ਤੋਂ ਇੱਧਰ ਆ ਗਏ ਹਾਂ, ਉਹ ਮਾਸਟਰ ਵਿਚਾਰਾ ਸਾਨੂੰ ਆ ਕੇ ਕਈ ਵਾਰ ਮਿਲਦਾ ਰਿਹਾ, ਇੱਧਰ ਵੀ ਆ ਕੇ ਮਿਲਦਾ ਰਿਹਾ, ਉਹ ਕਿਉਂਕਿ ਸਿਆਣਾ ਹੋ ਚੁੱਕਾ ਹੋਇਆ ਸੀ, ਚਿੱਟੀ ਦਾੜੀ ਜਿੱਦਾਂ ਹੋਣਾ ਸੀ ਨਾ। ਪਰ ਉਹਨੇ ਉਹ ਪਿਛਲੀ ਲੈਬ ਨੂੰ ਕਰਕੇ ਨਾ ਪਿਆਰ ਹੋਣਾ, ਜਦੋਂ ਉਹਨੇ ਕਿਤੇ ਆਉਣਾ ਨਾ ਵਕਤ ਦੇ ਮੁਤਾਬਕ ਰੋਟੀ ਅੰਨ ਪਾਣੀ ਸਾਡੇ ਘਰੋਂ ਹੀ ਖਾ ਕੇ ਜਾਣ। ਜਦੋਂ ਤੁਸੀਂ ਮਾਂਝੀ 'ਚ ਰਹਿੰਦੇ ਸੀ ਉਦੋਂ ਵੀ ਆਉਂਦਾ ਰਿਹਾ? ਇਹ ਨਾ, ਮਾਂਝੀ ਤੋਂ ਪਹਿਲਾਂ ਜਦੋਂ ਕਿੱਥੇ ਰਹਿੰਦੇ ਸੀ? ਪਹਿਲਾਂ ਅਸੀਂ ਫਤਿਹਗੜ੍ਹ ਚੂੜੀਆਂ ਰਹੇ, ਫਿਰ ਨਾ ਉੱਥੇ ਆਉਂਦਾ ਰਿਹਾ ਵਿਚਾਰਾ। ਅਤੇ ਬਾਬਾ, ਜਦੋਂ ਰੌਲੇ ਪਏ, ਪਾਕਿਸਤਾਨ ਬਣ ਗਿਆ, ਹਾਂਜੀ, ਉਹਦੀਆਂ ਫਿਰ ਗੱਲਾਂ ਸੁਣਾਓ ਉਸ ਵੇਲੇ ਦੀ। ਹਾਂ ਭਾਈ, ਉਸ ਵਕਤ ਅੱਧੀ ਗੱਲ ਤਾਂ ਪੁੱਛੋ ਕੁਛ ਨਾ, ਕਿਉਂਕਿ ਹੁਦਰੀ 'ਚ ਗੱਲ ਹੋ ਚੁੱਕੀ ਸੀ, ਕੁਝ ਪਤਾ ਲੱਗਾ ਕੋਈ ਕਿੱਧਰ ਨੂੰ ਗਿਆ ਕੋਈ ਕਿੱਧਰ ਨੂੰ ਗਿਆ। ਜਿਸ ਵਕਤ ਅਸੀਂ ਉੱਥੋਂ ਘਰੋਂ ਨਿਕਲਿਆ ਤਾਂ ਰਾਤ ਦਾ ਟਾਈਮ ਸੀ, ਰਾਤ ਦਾ ਟਾਈਮ, ਸਾਡੇ ਗਲਾਂ ਦੇ ਵਿੱਚ ਕੱਪੜੇ ਵੀ ਜਿਹੜੇ ਨੇ ਨਾ ਉਹ ਪਾਟੇ ਹੀ ਸਮਝੋ ਤੁਸੀਂ ਕਿ ਜਿੱਦਾਂ ਪਰਾਏ ਹੋਣ। ਘਰ ਦੇ ਵਿੱਚ ਸਭ ਕੁਛ ਸੀ, ਘੋੜੀਆਂ ਸੀ, 3 ਘੋੜੀਆਂ ਸੀ ਉਸ ਵਕਤ ਸਾਡੇ, ਪਰ ਉਹ ਉਹਨਾਂ ਵੱਲ ਵੀ ਵੇਖ ਨਹੀਂ ਅਸੀਂ ਸਕੇ। ਫਿਰ ਜਿਸ ਵਕਤ ਅਸੀਂ ਇੱਧਰ ਆ ਗਏ ਹਾਂ ਅਤੇ ਕੁਛ ਆ ਜਿਹੜਾ ਮੈਂ ਤੁਹਾਨੂੰ ਲਾਗੇ ਪਿੰਡ ਦੱਸਿਆ ਭੇਜੋ ਕੇ, ਇੱਥੇ 2 ਭਰਾ ਸੀ ਬੜੇ ਮਸ਼ਹੂਰ, ਉਸ ਵਕਤ ਦੇ ਬਦਮਾਸ਼ ਹੈ ਸਾਡੇ ਗੋਤੀ ਸੀ, ਸਾਨੂੰ ਨਾ ਪਿਆਰ ਵੀ ਬਹੁਤ ਸਾਡੇ ਨਾਲ ਆਉਣਾ ਜਾਣਾ, ਉਹਨਾਂ ਨੇ ਘੋੜੀਆਂ ਆਉਂਦੀਆਂ ਅਸੀਂ ਜੋ ਇੱਥੇ ਇੱਧਰ ਲਿਆਉਂਦੀਆਂ ਉਹ ਘੋੜੀਆਂ ਅਸੀਂ ਆਪਣੀ ਅੱਖੀਂ ਵੇਖ ਜਾਂਦੇ। ਮਤਲਬ ਘੋੜੀਆਂ ਤੁਹਾਡੀਆਂ? ਹਾਂ, ਲੈ ਕੇ ਉਹ ਖੋਲ੍ਹ ਕੇ ਲਿਆਏ? ਹਾਂ, ਖੋਲ੍ਹ ਕੇ ਬੰਦਾ ਲਿਆ, ਤੁਸੀਂ ਛੱਡ ਕੇ ਆ ਗਏ? ਕਿਉਂਕਿ ਅਸੀਂ ਰਾਤ ਨਾ ਪਤਾ ਨਹੀਂ ਕੋਈ ਕਿੱਧਰ ਨੂੰ ਗਿਆ ਕੋਈ ਕਿੱਧਰ ਨੂੰ ਗਿਆ, ਸਾਨੂੰ ਇਹ ਕੁਝ ਪਤਾ ਨਹੀਂ। ਤੁਸੀਂ ਪਛਾਣ ਵੀ ਲਈਆਂ ਪਰ ਕਿਹਾ ਨਹੀਂ ਹੋਣਾ ਸਾਡੀਆਂ? ਨਾ ਨਾ, ਸਾਨੂੰ ਉਹਨਾਂ ਦੇਣੀਆਂ ਨਹੀਂ ਸੀ, ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਐਡਾ ਵੱਡਾ ਸਿਆਣਾ ਜੀ ਨਹੀਂ ਸੀ ਕਿ ਜਿਹਦੀ ਉਹ ਤੈਅ ਦੇ ਥੱਲੇ ਚੱਲਦੇ। ਘੋੜੀਆਂ ਨਹੀਂ ਦਿੱਤੀਆਂ ਉਹਨਾਂ ਨੇ? ਨਹੀਂ ਦਿੱਤੀਆਂ, ਵੇਖੀਆਂ ਅਸੀਂ ਜਿਹੜੀਆਂ ਨਾ ਘੋੜੀਆਂ ਵੇਖਣ ਗਏ ਅਸੀਂ ਕਿ ਉਹਨਾਂ ਨਾ ਉੱਥੇ ਇੱਕ ਹੋਰ ਸੀ ਸਾਡੇ ਭਾਜਾ ਜੀ ਦਾ ਦੋਸਤ, ਉੱਥੇ ਫਤਿਹਗੜ੍ਹ ਦੇ ਵਿੱਚ ਰਹਿੰਦਾ, ਉਹਦਾ ਨਾਂ ਸੀ ਬਸੰਤ ਸਿੰਘ, ਉਹ ਵੀ ਅਹਿਲਕਾਰ ਬੰਦਾ ਸੀ, ਕਿਉਂਕਿ ਉਹ ਬਸੰਤ ਸਿੰਘ ਬਾਰੇ ਤਾਂ ਅਸੀਂ ਇਹ ਸੁਣਿਆ ਹੋਇਆ, ਸਾਡੇ ਭਾਜੇ ਨਾਲ ਉਹਦਾ ਪਿਆਰ ਸੀ, ਸਾਡਾ ਭਾਜਾ ਨੰਬਰਦਾਰ ਸੀ, ਉਸ ਤੋਂ ਬਾਅਦ ਜਾਇਦਾਰ ਵੀ ਉਹ ਬਣੇ ਸੀ। ਹਾਂਜੀ, ਅਤੇ ਉਹ ਜਿਹੜਾ ਬਸੰਤ ਸਿੰਘ ਸੀ ਨਾ ਉਹਨੂੰ ਵੀ ਇਹ ਬੰਦੇ ਮਿਲਣ ਗਏ ਘੋੜੀਆਂ ਲੈ ਕੇ, ਉੱਥੇ ਵੇਖੀਆਂ ਸੀ। ਪਰ ਉਹ ਬਸੰਤ ਸਿੰਘ ਵੀ ਕਈਆਂ ਗੱਲਾਂ ਤੋਂ ਠੀਕ ਹੈ, ਜੇ ਹੋ ਸਕਦਾ ਸੀ ਜੇ ਤਾਂ ਸਾਡਾ ਬਾਪ ਜਿਉਂਦਾ ਹੁੰਦਾ ਉਹਦਾ ਕਰਕੇ ਉਹਨਾਂ ਨੂੰ ਆਉਂਦਾ ਕਿ ਭਾਈ ਘੋੜੀਆਂ ਦੇ ਦਿਓ ਤੁਸੀਂ ਸ਼ਪੈਤ ਪੋਸਤੀਆਂ ਘੋੜੀਆਂ ਨੇ ਜਾਇਦਾ ਰਹਿੰਦੀਆਂ, ਪਰ ਉਹਨੇ ਵੀ ਹੋ ਸਕਦਾ ਨਹੀਂ ਆਖਿਆ ਆਪਣਾ। ਪਰ ਉਹ ਬੰਦਾ ਜਿਹੜਾ ਸੀ ਨਾ ਸਾਡੇ ਭਾਈ ਅਜੀ ਦਾ ਮਿੱਤਰ ਹੋਣ ਕਰਕੇ ਸਾਨੂੰ ਬਹੁਤ ਨਾ
ਹੋਰ ਤਰ੍ਹਾਂ ਹੀ ਉਹਦੇ ਦਿਲ ਨਵੀਂ ਹੁੰਦਾ ਸੀ। ਕਿਉਂਕਿ ਕਈ ਵਾਰ ਅਸੀਂ ਆਪਣੀ ਕੰਨੀ ਵੀ ਸੁਣਿਆ, ਉਹਨੇ ਆਖਣਾ ਕਿ ਕੀ ਬਣ ਚੁੱਕਾ ਹੈ ਕਿ ਇੱਕ ਬੰਦਾ ਤਖ਼ਤ ਤੋਂ ਤਖ਼ਤ ਦੇ ਡਿੱਗ ਘਰ ਦੇ ਵਿੱਚ ਕੋਈ ਸਿਆਣਾ ਜੀ ਨਾ ਰਿਹਾ। ਅਤੇ ਬਾਬਾ ਜੀ ਤੁਸੀਂ ਜਦੋਂ ਪਿੰਡ ਛੱਡਿਆ, ਹਾਂਜੀ, ਜਿਹੜੇ ਮਲਕ ਸਾਹਿਬ ਸੀਗੇ, ਹਾਂਜੀ, ਜਾਂ ਹੋਰ ਤੁਹਾਡੇ ਵਿੱਚੋਂ ਮੁਸਲਮਾਨ ਹੋਏ ਸੀ, ਹਾਂਜੀ, ਉਹਨਾਂ ਨੇ ਫਿਰ ਕੀ ਤੁਹਾਡੇ ਨਾਲ ਕੋਈ ਸਹਿਯੋਗ ਦਿੱਤਾ? ਨਾ ਭਾਈ, ਕਿਸੇ ਨੇ ਕੋਈ ਨਹੀਂ ਦਿੱਤਾ। ਰਾਤ ਨਿਕਲਿਆ ਹੀ ਬੜੀ ਮਾੜੀ ਹਾਲਤ ਦੇ ਵਿੱਚ, ਪਤਾ ਨਹੀਂ ਕਿੱਦਾਂ ਕਿੱਦਾਂ ਪਰਮਾਤਮਾ ਨੇ ਕੋਈ ਅਣਜਾਲ ਵਧਿਆ ਸੀ ਸਾਡਾ। ਬਾਕੀ ਉਹਨਾਂ ਨੇ ਵੀ, ਕਿਉਂਕਿ ਉਹਨਾਂ ਨੇ ਵੀ ਹੋ ਸਕਦਾ ਆਪਣੀ ਜਾਨ ਦਾ ਖਤਰਾ ਹੋਏ, ਕੋਈ ਮਿਲ ਨਹੀਂ ਆਇਆ, ਕੋਈ ਮਿਲ ਨਹੀਂ ਆਇਆ। ਰਾਤ ਨਾ ਇਹ ਬਿਲਕੁਲ ਅਸੀਂ ਚਬਾਰੇ ਦੇ ਵਿੱਚ ਰਹਿਣਾ ਦਿਲੇ, ਪਿੰਡ ਦੇ ਲੋਕ ਨਾ ਭੱਜ ਨਾ ਸਕੇ, ਜਿੰਨੇ ਸਿਆਣੇ ਸੀ। ਇੱਕ ਸਾਡਾ ਚਾਚਾ ਸੀ ਨੇੜੇ, ਜਿੱਦਾਂ ਨਾ ਸਾਡੇ ਫਾਦਰ ਸਾਹਿਬ ਦਾਦਾ ਜੀ ਅਤੇ ਦੂਜਾ ਦੀ ਔਲਾਦ ਹੋਏ, ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਾ ਕਿੱਧਰ ਗਏ ਕਿੱਧਰ ਨਹੀਂ ਕੋਈ ਗਿਆ, ਕੋਈ ਪਤਾ ਨਹੀਂ ਕਿਸੇ ਬਾਰੇ। ਅੱਜ ਤੱਕ ਨਹੀਂ ਪਤਾ? ਨਾ, ਹੁਣ ਤਾਂ ਪਤਾ ਜੀ, ਉਸ ਵੇਲੇ ਨਹੀਂ ਪਤਾ ਲੱਗਾ, ਉਸ ਵਕਤ ਕੋਈ ਪਤਾ ਨਹੀਂ ਲੱਗਾ। ਉਦੋਂ ਕੋਈ ਹਮਲਾ ਹੋਇਆ ਸੀ ਤੁਹਾਡੇ 'ਤੇ? ਹਾਂਜੀ, ਹਮਲਾ ਉਸ ਵਕਤ ਨਾ ਲੋਕ ਆਉਂਦੇ ਸੀ ਜੱਥੇ, ਪਰ ਪਿੰਡ 'ਤੇ ਜਿਹੜੇ ਲੋਕ ਸੀ ਨਾ ਮੁਸਲਮਾਨ, ਇਹ ਅਸੀਂ ਵੀ ਆਪਣੀ ਕੰਨੀ ਸੁਣਿਆ, ਉਹਨਾਂ ਲੋਕਾਂ ਨੇ ਡੱਕ ਦਿੱਤਾ। ਲਾ ਕੇ ਇੱਕ ਪਿੰਡ ਸੀ ਮਹਿਮਤ ਵਾਲੀ ਕਿ ਮਹਿਦੀਪੁਰ, ਉੱਥੋਂ ਦਾ ਇੱਕ ਕੋਈ ਬਦਮਾਸ਼ੀ ਹੋ ਸਕਦਾ ਡਾਕੂ ਹੋਏਗਾ, ਉਹ ਵੀ ਹਮਲਾ ਕਰਨ ਵਾਸਤੇ ਸਾਡੇ ਪਿੰਡ 'ਤੇ ਆਇਆ। ਪਰ ਜਿਹੜੇ ਪਿੰਡ ਦੇ ਪਤਵੰਦੇ ਸੀ ਨਾ ਬੰਦੇ ਸਿਆਣੇ ਪਿੰਡ ਦੇ ਮੁਸਲਮਾਨ, ਉਹਨਾਂ ਨੇ ਡੱਕ ਦਿੱਤਾ ਉਹਨਾਂ ਲੋਕਾਂ ਨੂੰ ਕਿ ਤੁਸੀਂ ਬਿਲਕੁਲ ਸਾਡੇ ਪਿੰਡ 'ਤੇ ਅਜੇ ਤੱਕ ਹਮਲਾ ਨਹੀਂ ਕਰਨਾ, ਬਾਅਦ ਦੇ ਵਿੱਚ ਵੇਖੀ ਜਾਏਗੀ, ਅਸੀਂ ਜਿੱਦਾਂ ਹੋਏਗਾ ਆਪ ਕਰਾਂਗੇ। ਅੱਛਾ, ਉਹਦੀ ਵਜ੍ਹਾ ਇਹ ਕਿ ਪਿੰਡ ਜਿਹੜਾ ਸਾਡਾ ਬਹੁਤ ਵੱਡਾ ਸੀ, ਜਿਹਨੂੰ ਜਿੱਦਾਂ ਹੁਣ ਮੰਝ ਚਾਰ ਪੱਤੀਆਂ ਹੈ, ਸਾਡਾ ਪਿੰਡ ਨੌ ਨਾਵੇਂ ਸੀ ਜਿਹਦੇ ਵਿੱਚ ਨੌ ਲੱਪੜਦਾਰ ਸੀ, ਸਾਰੇ ਮੁਸਲਮਾਨ ਹੀ ਸੀ ਜ਼ਿਆਦਾ ਲੰਬੜਦਾਰ, ਹਾਂਜੀ ਸੀਗੇ ਵੀ ਜਠੌਲੀ, ਹਾਂ ਜਠੌਲੀ, ਅਤੇ ਬਾਪ ਸਾਡਾ ਵੀ ਨੰਬਰਦਾਰ ਸੀ, ਸ਼ਪੈਤ ਭੋਜ ਵੀ ਜਹਿਰਦਾਰ ਵੀ ਮੁੜ ਕੇ ਬਣੇ। ਅਤੇ ਪਰ ਚਲੋ, ਇਸ ਕਰਕੇ ਜੋ ਫਿਰ ਅਫਸਰ ਆਉਂਦਾ ਕਰਦਾ ਉਹ ਸਾਡੇ ਹੀ ਰਹਿੰਦੇ ਸਨ। ਹਰ ਇੱਕ ਬੰਦਾ ਨਾ ਜਿੱਦਾਂ ਕਿਸੇ ਗਰੀਬ ਦੇ ਵਿਆਹ ਸ਼ਾਦੀ ਦੇ ਉੱਤੇ ਕੋਈ ਵੀ ਹਰ ਤਰ੍ਹਾਂ ਸਹਿਯੋਗ ਦਿੰਦੇ ਰਹੇ। ਅਤੇ ਬਾਬਾ ਜੀ ਜਿਹੜੇ ਤੁਹਾਡੇ ਪਿਤਾ ਜੀ ਸੀ ਉਹਨਾਂ ਦੀ ਤਾਂ ਡੈਥ ਹੋ ਗਈ ਸੀ ਪਹਿਲਾਂ ਹੀ, ਹਾਂਜੀ, ਤੁਹਾਡੇ ਬਾਬਾ ਜੀ ਫਿਰ ਨਾਲ ਆਏ? ਨਾ ਤਾਂ ਨਾ, ਬਾਬਾ ਜੀ ਦੀ ਤਾਂ ਪਹਿਲਾਂ ਹੀ ਡੈਥ ਹੋ ਗਈ ਹੋਈ ਸੀ। ਅੱਛਾ, ਚਾਚੇ ਤਾਂ ਹੁਣੇ ਨਾਲ, ਹਾਂਜੀ, ਕਿਉਂਕਿ ਇੱਕ ਸਾਡਾ ਵੱਡਾ ਭਰਾ ਸੀ ਉਹ ਵੀ ਨਹੀਂ ਉਸ ਵਕਤ ਸਾਨੂੰ ਮਿਲ ਸਕਿਆ, ਹਾਂਜੀ, ਉਹ ਭਰਾ ਸਾਡਾ ਉਸ ਵਕਤ ਸਿਆਣਾ ਸੀ। ਤੁਹਾਨੂੰ ਐਂ ਕਦੀ ਬਾਅਦ 'ਚ ਪਤਾ ਲੱਗਾ ਵੀ ਜਦੋਂ ਜਠੌਲਾਂ ਤੁਹਾਡੇ ਪਿੰਡ ਦੇ ਲੋਕਾਂ ਨੇ ਪਿੰਡ ਛੱਡਿਆ, ਹਾਂਜੀ, ਕੋਈ ਉੱਥੇ ਤਾਂ ਨਹੀਂ ਰਹਿ ਗਿਆ ਜਠੌਲ ਸਿੱਖ? ਨਾ ਭਾਈ, ਉੱਥੇ ਕੋਈ ਨਹੀਂ ਰਿਹਾ, ਉੱਥੇ ਕੋਈ ਨਹੀਂ ਰਿਹਾ, ਆ ਗਏ ਸਾਰੇ, ਆ ਗਏ ਸਾਰੇ। ਕਿਉਂਕਿ ਕਈ ਵਾਰ ਹੈ ਨਾ ਸਿਆਣੇ ਬੰਦਿਆਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਉੱਥੇ ਇੱਕ ਸਾਡੇ ਖੱਤਰੀ ਆ ਜਿਹਨਾਂ ਨੂੰ ਭਾਟੀਏ ਆਉਂਦੇ ਤੇ, ਭਾਟੀਆ ਖੱਤਰੀ ਕਹਿ ਲਓ, ਇਹਨਾਂ ਦਾ ਇੱਕ ਪੂਰਾ ਮਹੱਲਾ ਬਾਜ਼ਾਰ ਸੀ, ਜਿੱਦਾਂ ਦਾ ਵੱਡੀਆਂ ਦੁਕਾਨਾਂ ਹੁੰਦੀਆਂ ਮਾੜਾ ਮੋਟਾ, ਉਹਨਾਂ ਦੇ ਵਿੱਚੋਂ ਕੁਛ ਬੰਦੇ ਨਾ ਪੜ੍ਹੇ ਲਿਖੇ ਉਸ ਵਕਤ ਦੇ ਅਫਸਰ ਸੀ, ਉਹਨਾਂ ਨੂੰ ਕੋਈ 6 ਮਹੀਨੇ ਹੋ ਸਕਦਾ ਪਹਿਲਾਂ ਹੀ ਪਤਾ ਲੱਗ ਗਿਆ ਹੋਏਗਾ, ਇਸ ਗੱਲ ਦਾ ਦੱਸਣ ਦੇ ਮੁਤਾਬਕ ਉਹਨਾਂ ਲੋਕਾਂ ਨੇ ਆਪਣਾ ਜੋ ਕੁਛ ਹੈ ਸੀ ਨਾ ਪਹਿਲਾਂ ਦੇ ਲੈ ਕੇ ਥੋੜ੍ਹਾ ਬਹੁਤ ਵੇਚ ਹੱਟ ਕੇ ਨਾ ਇੱਥੋਂ ਦੂਰ ਨਿਕਲ ਗਏ, ਬਰੇਲੀ ਚਲੇ ਗਏ, ਉਹ ਖੱਤਰੀ 'ਤੇ ਜਿੰਨੇ ਸੀ ਉਹਨਾਂ ਨੇ ਉੱਥੇ ਆਏ, ਸੋ ਕਿਤੇ ਸਾਡੇ ਸੁਣ 'ਚ ਇਹ ਗੱਲ ਆਈ ਹੈ, ਅਸੀਂ ਅੱਖੀਂ ਨਹੀਂ ਵੇਖਿਆ ਕਿ ਅੱਧੀ ਬਰੇਲੀ ਦੇ ਮਾਲਕ ਨੇ ਉਹ। ਅੱਛਾ, ਤੁਹਾਡੇ ਪਿੰਡ ਵਾਲੇ? ਹਾਂਜੀ, ਭਾਟੀਏ, ਹਾਂ ਭਾਟੀਏ ਖੱਤਰੀ, ਇੱਕ ਪੰਜ ਇੱਕ ਘਰ ਹੀ ਇੱਥੇ ਵੀ ਇਹ ਹੁਸ਼ਿਆਰਪੁਰ ਦੇ ਵਿੱਚ, ਉਹ ਵੀ ਸਾਹਿਬ ਇਕਬਾਲ ਨੇ ਬਹੁਤ ਕੁਛ ਉਹਨਾਂ ਕੋਲ। ਅਤੇ ਸਾਡੇ ਲੋਕਾਂ ਨੂੰ ਸੁਣ 'ਚ ਇਹ ਗੱਲ ਹੁੰਦੀ ਹੈ ਕਿ ਇਹ ਸੀ ਲੋਕਾਂ ਦਾ ਜਿੱਥੋਂ ਤੱਕ ਕਰਨਾ ਦਿਲ ਦੀ ਗੱਲ ਹੈ ਕਿ ਕਿੱਥੇ ਤੁਰ ਜਾਣਾ, ਜੇ ਤਾਂ 2-4 ਦਿਨ ਵਾਸਤੇ ਇੱਧਰ ਉੱਧਰ ਗਿਆ ਆਖਰ ਲੋਕਾਂ ਨੇ ਘਰ ਹੀ ਆਉਣਾ। ਇਸ ਕਰਕੇ ਨਾ ਅਸੀਂ ਤਾਂ ਕੋਈ ਵੀ ਚੀਜ਼ ਨਾ ਘਰੋਂ ਨਹੀਂ ਚੁੱਕ ਸਕੇ। ਤੁਹਾਡਾ ਘਰ ਕਿੱਧਰ ਸੀਗਾ, ਚੜ੍ਹਦੇ ਲੈਂਦੇ ਉੱਤਰ ਦੱਖਣ ਕਿੱਧਰ ਸੀ? ਹਾਂ ਭਾਈ, ਚੜ੍ਹਦੇ ਪਾਸੇ ਲਾਓ ਤੁਸੀਂ,
ਇਸ ਸਾਈਡ 'ਤੇ ਬਾਹਰ ਬਾਹਰ ਹਾਂਜੀ ਘਰ ਸੀ। ਘਰ ਦੇ ਵਿੱਚੋਂ ਨਾ ਕਾਫੀ ਚੌੜਾ ਰਸਤਾ ਨਿਕਲਦਾ ਘਰ ਵੀ ਜਿਹੜਾ ਸੀ ਸਾਡੇ ਨਾ ਇੱਕੋ ਸਾਡੇ ਚਾਚਾ ਜਿਹੜਾ ਮੈਂ ਤੁਹਾਨੂੰ ਦੱਸਿਆ ਸਾਡੇ ਭਾਜੀ ਦਾ ਆਦੀ ਸੀ ਉਹਨਾਂ ਦਾ ਘਰ ਵੀ ਘਰ ਹੀ ਜਿਹੜੇ ਸੀ ਨਾ ਤਿੰਨਾਂ ਕਿਲਿਆਂ ਦੇ ਵਿੱਚ ਅੱਛੇ ਘਰ ਸੀ। ਉਸ ਤੋਂ ਬਾਅਦ ਜਿਹੜੀ ਬੈਠਕ ਸੀ ਬਾਹਰਲੇ ਪਾਸੇ ਜਿੱਡੀ ਬੈਠਕ ਵੱਡੀ ਨਿੱਕੀ ਜਿਹੜੀ ਬਣੀ ਹੋਈ ਸੀ ਜਿਹਦੇ ਵਿੱਚ ਹਮੇਸ਼ਾ 30 ਮੰਜੇ ਡੱਠੇ ਰਹਿੰਦੇ ਸੀ। ਉਹ ਮੁਸਲਮਾਨਾਂ ਦਾ ਘਰ ਵੀ ਨੇੜੇ ਸੀ ਜਿਹੜਾ ਮਲਕ ਸਾਹਿਬ ਸੀਗੇ ਇਹ ਹਾਂਜੀ ਉਹਨਾਂ ਦਾ ਘਰ ਫਿਰ ਉਹ ਜਿਹੜਾ ਚਾਚਾ ਸਾਡਾ ਸੀ ਨਾ ਲੱਗਦਾ ਸਾਡੇ ਭਾਜੀ ਹੋਰਾਂ ਦਾ ਆਦੀ ਜੀ ਉਹਦਾ ਘਰ ਛੱਡ ਕੇ ਉਦੋਂ ਅੱਗੇ ਸੀ। ਤੁਹਾਡੀਆਂ ਰਿਸ਼ਤੇਦਾਰੀਆਂ ਵੀ ਉੱਧਰ ਹੀ ਹੋਣੀਆਂ ਬਹੁਤੀਆਂ। ਹਾਂਜੀ ਪਾਕਿਸਤਾਨ 'ਚ ਹੀ। ਨਾਨਕੇ ਕਿੱਥੇ ਸੀ? ਨਾਨਕੇ ਖਾਨੋਵਾਲ ਸੀ ਤਹਿਸੀਲ ਨਾਰੋਵਾਲ ਦੇ ਵਿੱਚ। ਠੀਕ ਹੈ ਜੀ ਖਾਨੋਵਾਲ। ਉਹ ਕਿਹੜੀ ਗੋਦ ਦਾ ਪਿੰਡ ਸੀ? ਬਾਜਵੇ। ਉਹ ਵੀ ਬਾਜਵੇ ਸੀ ਹਾਂਜੀ। ਅਤੇ ਹੋਰ ਭੂਆ? ਹਾਂਜੀ ਭੂਆ ਜਿਹੜੀ ਜੇ ਨਾ ਇੱਕ ਤਾਂ ਭੂਆ ਸਾਡੀ ਵਿਧਵਾ ਉਹ ਸਾਡੇ ਕੋਲ ਰਹਿੰਦੀ ਸੀ। ਇਹ ਉਹ ਕਿਤੇ ਇੱਧਰ ਸੀ ਆ ਕੁਜਰਾਂ ਵਾਲੇ 'ਚ ਬੱਲੇਵਾਲ ਦਾ ਹੈਟ ਜਿੱਧਰ ਸੀ ਉਹਦੇ ਕਿਤੇ ਲੱਗ ਗਏ। ਅੱਛਾ ਬਾਕੀ ਇੱਕ ਭੂਆ ਸਾਡੀ ਇੱਥੇ ਸੀ ਇਹ ਪੀਲੋਵਾਲ ਤੁਹਾਨੂੰ ਦੱਸਿਆ ਹੈ ਉਹ ਜਿਹੜਾ ਸਾਡਾ ਫੁੱਫੜ ਹੈ ਨਾ ਉਹ ਲੈ ਗਿਆ ਬੰਦਾ ਬਹੁਤ ਸਿਆਣਾ ਸੀ ਪੜ੍ਹਿਆ ਲਿਖਿਆ ਸੀ ਉਸ ਵਕਤ ਦੇ ਵਿੱਚ। ਚਲੋ ਅਸੀਂ ਆ ਗਏ ਫਿਰ ਉਹਨਾਂ ਦੇ ਨਾਲ ਰਲ ਮਿਲ ਕੇ ਆਪਣਾ ਟਾਈਮ ਪਾਸ ਕੀਤਾ ਜ਼ਿੰਦਗੀ 'ਤੇ ਦਿਨ ਵੇਖੇ ਆ ਉਹਨਾਂ ਦੀ ਬਤੌਰਤ ਮੁੜ ਕੇ ਇੱਥੇ ਆ ਬੈਠੇ ਠੀਕ ਹੈ ਇਸ ਵਕਤ। ਕੋਈ ਨੁਕਸਾਨ ਤਾਂ ਨਹੀਂ ਹੋਇਆ ਉਵੇਂ ਕੋਈ ਜੀ ਦਾ? ਹਾਂ ਭਾਈ ਸਾਡੇ 'ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਪਤਾ ਨਹੀਂ ਬਾਅਦ ਦੇ ਵਿੱਚ ਜਦੋਂ ਅਸੀਂ ਆ ਗਏ ਹਾਂ ਜਦੋਂ ਤੁਹਾਨੂੰ ਦੱਸਿਆ ਕਿ ਇਹਨਾਂ ਜਿਹੜੇ ਸਾਡੇ ਲਾਗੇ ਪਿੰਡ ਆ ਘੋੜੀਆਂ ਕਾੜੀਆਂ ਖੋਲ ਕੇ ਆਉਂਦੀਆਂ ਉਸ ਵਕਤ ਇਹਨਾਂ ਲੋਕਾਂ ਨੇ ਮੁਸਲਮਾਨਾਂ 'ਤੇ ਹਮਲਾ ਕੀਤਾ ਪਰ ਕੁਝ ਪਤਾ ਨਹੀਂ ਨੁਕਸਾਨ ਕੋਈ ਮਾਰਿਆ ਅੱਖ ਪਿਆ ਕਿ ਨਹੀਂ। ਠੀਕ ਹਾਂਜੀ। ਕਿੰਨੀ ਕੁ ਯਾਦ ਆਉਂਦੀ ਰਹੀ ਜੀ ਪਿੰਡ ਦੀ? ਹੁਣ ਤੱਕ ਯਾਦ ਹੀ ਆਉਂਦੀ ਹੈ ਕਿਉਂਕਿ ਇੱਕ ਤਖਤ ਤੋਂ ਤਖਤੇ 'ਤੇ ਡਿੱਗਣ ਵਾਲੀ ਗੱਲ ਹੈ ਸਾਡੀ। ਹਾਂਜੀ ਕੋਈ ਬਚਪਨ ਦਾ ਯਾਰ? ਹਾਂ ਭਾਜੀ ਇੱਕ ਤਾਂ ਇਹ ਗੱਲ ਸੀ ਕਿ ਸਾਡੇ 'ਤੇ ਕੰਟਰੋਲ ਬਹੁਤ ਸੀ ਕਿਤੇ ਅਸੀਂ ਨਾ ਇੱਦਾਂ ਅੱਜ ਇੱਦਾਂ ਬੱਚੇ ਤੁਰੇ ਫਿਰਦੇ ਨੇ ਅਵਾਰਾ ਨਿਕਲ ਨਹੀਂ ਸਕਦੇ ਸਮਝਦੇ ਹੋ। ਮੈਨੂੰ ਇੱਕ ਬੰਦੇ ਦਾ ਬੱਚੇ ਦਾ ਚੇਤਾ ਹੈ ਪਰ ਉਹਦਾ ਨਾਂ ਸੀ ਉਹ ਵੀ ਨਾਂ ਸੁਨਿਆਰਾ ਸੀ। ਅੱਛਾ ਅੱਛਾ ਜਣਕਾ ਉਹਦਾ ਨਾਂ ਸੀ ਉਹ ਸਾਡੇ ਘਰ ਆਉਂਦਾ ਹੁੰਦਾ ਸੀ ਕਿਉਂਕਿ ਪਿਛਲੇ ਪਾਸੇ ਹੁੰਦੀ ਕਿਤੇ ਗਲੀ ਵੱਲ ਆਉਂਦੀ ਉਹਨੇ ਕੋਠੇ ਕਰ ਚੜ੍ਹ ਕੇ ਆਉਣਾ ਅਤੇ ਨਾਲ ਲੈ ਕੇ ਨਾ ਸਕੂਲੇ ਜਾਣਾ ਜਣਕਾ। ਜਣਕਾ ਵੀ ਮੁੜ ਕੇ ਨਹੀਂ ਮਿਲਿਆ? ਨਹੀਂ ਮਿਲਿਆ ਕਿਉਂਕਿ ਉਹਦੀ ਦਾਤੇ ਨੇ ਉਹਦੀ ਵੀ ਦਾਤ ਰਾਹ 'ਚ ਕਿਤੇ ਹੋ ਗਈ। ਤੁਹਾਨੂੰ ਕਿਹਨੇ ਦੱਸਿਆ ਇਹ ਗੱਲ? ਇਹ ਮੈਨੂੰ ਕਿਸੇ ਬੰਦੇ ਨੇ ਆ ਸਾਡੇ ਜਿਹੜੇ ਇੱਥੇ ਰਹਿੰਦੇ ਨੇ ਭਾਟੀਏ ਹੁਸ਼ਿਆਰਪੁਰ ਇਹਨਾਂ ਨੇ ਦੱਸਿਆ। ਅਤੇ ਮੌਕਾ ਨਹੀਂ ਮਿਲਿਆ ਮੁੜ ਕੇ ਜਾਣ ਦਾ? ਨਾ ਭਾਈ ਨਹੀਂ ਮਿਲਿਆ। ਕਈ ਵੇਰਾਂ ਨਾ ਵਕਤ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਕਿਤੇ ਜਾਣ ਦਾ ਮੌਕਾ ਨਹੀਂ ਮਿਲਿਆ ਨਹੀਂ ਤਾਂ ਦਿਲ ਕਈ ਕੁਝ ਕਰਦਾ ਸੀ ਕਿਉਂਕਿ ਕਈ ਨਾ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਉੱਥੇ ਨਾ ਲੋਕ ਫਿਰ ਦੱਬ ਦੁੱਬ ਕੇ ਹੀ ਆ ਗਏ। ਤੁਸੀਂ ਵੀ ਦੱਬੀਆਂ ਕੁਛ? ਹਾਂ ਭਾਈ ਸਾਡੇ ਵੀ ਦੱਬੀਆਂ। ਸਾਡੇ ਮਾਤਾ ਦੱਸਦੀ ਸੀ ਕਿਲੋ ਦੋ ਕਿਲੋ ਸੋਨਾ ਦੱਬ ਕੇ ਹੀ ਆਏ। ਲਓ ਜੀ ਹੁਣ ਬਜ਼ੁਰਗਾਂ ਕੋਲੋਂ ਤਾਂ ਨਹੀਂ ਜਾ ਹੋਣਾ ਜਠੌਲ ਸਾਹਿਬ ਤੋਂ। ਹਾਂਜੀ ਅਤੇ ਹੁਣ ਤੁਸੀਂ ਰੱਤਾ ਜਠੌਲ ਸਾਰਾ ਪੁੱਟ ਨਾ ਦਿਓ। ਅੱਛਾ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਪੁੱਟ ਨਾ ਦਿਓ ਹੋਰ ਬਾਅਦ 'ਚ ਲੱਭੇ ਕੁਛ ਨਾ। ਹਾਂ ਠੀਕ ਹੈ। ਅਤੇ ਬੀਬੀ ਹੁਣੀ ਤਾਂ ਪਛਤਾਉਂਦੇ ਰਹੇ ਹੁਣੇ ਆ ਬੜੀ ਦੇਰ ਵੀ ਮੇਰਾ ਉੱਥੇ ਸੋਨਾ ਵੀ ਰਹਿ ਗਿਆ। ਹਾਂ ਭਾਈ ਫਿਰ ਪਛਤਾਉਣਾ ਤਾਂ ਹੁੰਦਾ ਜੇ ਵੇਖੋ ਅੱਜ ਤੱਕ ਨਾ ਜਿੱਥੇ ਅਸੀਂ ਰਹੇ ਹਾਂ ਸਾਡੇ ਭੂਆ ਅਤੇ ਫੁੱਫੜ ਉਹ ਅੱਜ ਤੱਕ ਜਦੋਂ ਵੀ ਕਿਤੇ ਚੇਤਾ ਆਉਂਦਾ ਬਹੁਤ ਉਹਨਾਂ ਨੇ ਰੋਣਾ ਰੋਣਾ ਹੈ ਨਾ। ਅੱਛਾ ਜੀ। ਹਾਂਜੀ ਬਹੁਤ ਰੋਣਾ ਕਿ ਵੇਖੋ ਕੀ ਬਣ ਗਿਆ ਗੁਜਰ ਦੇ ਹਾਲਾਤ ਕਿਹੋ ਜਿਹੇ ਹੋ ਚੁੱਕੇ ਨੇ ਬਹੁਤ ਪਛਤਾਉਣਾ ਰੋਣਾ ਕਿ ਕੀ ਕਰ ਸਕਦੇ ਹਾਂ ਬਾਕੀ ਕੋਈ ਜਾਣ ਦਾ ਮੌਕਾ ਨਹੀਂ ਮਿਲਿਆ। ਹੋ ਸਕਦਾ ਜੇ ਤਾਂ ਨਾ ਕਿਤੇ ਭਲੇ ਵਕਤ ਦੇ ਵਿੱਚ ਸਾਡੇ ਕੋਈ ਸਿਆਣੇ ਕੋਸ਼ਿਸ਼ ਕਰਦੇ ਜਾ ਕੇ ਥੋੜ੍ਹ ਬਹੁਤ ਲੈ ਆਉਂਦੇ ਕਈ ਤਰ੍ਹਾਂ ਦੇ ਹਾਲਾਤ ਠੀਕ ਵੀ ਹੋ ਸਕਦੇ ਸੀ। ਤੁਹਾਨੂੰ ਜਗ੍ਹਾ ਯਾਦ ਆ ਕਿੱਥੇ ਕੁ ਦੱਬਿਆ ਸੀ? ਹਾਂ ਭਾਈ ਘਰਦਿਆਂ ਦੇ ਦੱਸਣ ਦੇ ਮੁਤਾਬਕ ਪਰ ਉਹ ਕਰਨਾ ਹੋਏ ਲੋਕ ਪਣ ਉੱਥੇ। ਹਾਂਜੀ ਚਲੋ ਜੀ ਆਪਣੇ ਖਜ਼ਾਨੇ ਨਾਲ ਇੰਨਾ ਮੋਹ ਆ ਬਜ਼ੁਰਗ ਦੱਸਦੇ ਜਗ੍ਹਾ ਨਹੀਂ ਦੱਸਣੀ ਇਹਨਾਂ ਨੇ। ਹਾਂ ਅੱਛਾ ਤੁਹਾਨੂੰ ਯਾਦ ਆ ਵੈਸੇ? ਹਾਂ ਯਾਦ ਹੈ ਦੱਸਣ 'ਤੇ ਕਿ ਉੱਥੇ ਅਸੀਂ ਪੁੱਟਿਆ
ਉੱਥੇ ਦੱਬਿਆ ਸਭ ਕੁਛ, ਉੱਥੇ ਹੀ ਸਾਡੇ ਨਾ ਘੋੜੀਆਂ ਦੀ ਖੁਰਲੀਆਂ ਸਨ, ਖੁਰਲੀ ਤੋੜ ਘੋੜੀਆਂ ਦੀ ਬਣ ਗਈ। ਕਿਉਂਕਿ ਉਸ ਵਕਤ ਵੀ ਨਾ ਸਾਡੇ ਚਾਚੇ ਕੋਲ ਵੱਖਰੀ ਘੋੜੀ, ਉਹਨਾਂ ਦੇ ਸਾਡੇ ਕੋਲ ਉਸ ਵਕਤ 3 ਘੋੜੀਆਂ ਸੀ। ਦੇਖ ਲਓ ਬਜ਼ੁਰਗੋ ਕਿੱਦਾਂ ਵਕਤ ਬਦਲਿਆ। ਬਹੁਤ ਜੀ ਬਹੁਤ। ਇਹਦਾ ਮਤਲਬ ਤੁਸੀਂ ਇਕੱਲੇ ਜਦੋਂ ਬਹਿੰਦੇ ਹਾਂ ਤਾਂ ਫਿਰ ਬੈਠ ਕੇ ਸੋਚਦੇ ਹੋਣੇ ਆ ਪੁਰਾਣੇ ਰੰਗ ਢੰਗ। ਹਾਂ ਭਾਈ, ਪਛਤਾਉਣਾ ਪੈਂਦਾ ਹੈ, ਕਿਉਂਕਿ ਆ ਜਿੰਨੀ ਕੁ ਨਾ ਅਸੀਂ ਮਿਹਨਤ ਕਰਦੇ ਹਾਂ, ਜਿੰਨੇ ਕੁ ਰੋਟੀ ਵਾਸਤੇ ਭਾਈ ਦੌੜ ਕਰਨੀ ਹੈ, ਹੋ ਸਕਦਾ ਅਸੀਂ ਆਪਣੇ ਘਰ ਰਹਿੰਦੇ ਤਾਂ ਇਹਨਾਂ ਗੱਲਾਂ ਇਹ ਪਾਸੇ ਵੱਲ ਖਿਆਲ ਵੀ ਨਹੀਂ ਸੀ ਹੋਣਾ, ਕਿਉਂਕਿ ਜ਼ਮੀਨ ਜਾਇਦਾਦ ਬਹੁਤ ਸੀ। ਆਹ ਜ਼ਮੀਨ ਤੁਹਾਨੂੰ ਪਸੰਦ ਨਹੀਂ ਆਈ ਫਿਰ ਕੰਢੀ ਵਾਲੀ? ਹੁਣ ਫਿਰ ਜਾਜੇ ਵੀ ਕਿੱਥੇ, ਪਸੰਦ ਤਾਂ ਨਹੀਂ ਵਾਕੇ ਜਾਈ ਨਹੀਂ ਆਈ। ਹਾਂ, ਕਿਉਂਕਿ ਇੱਥੇ ਵੇਖੋ ਕਈ ਬਿਮਾਰੀਆਂ ਵੱਧ ਚੁੱਕੀਆਂ ਨੇ, ਜਿਹਨਾਂ ਬਾਰੇ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਨਹੀਂ। ਇੱਕ ਤਾਂ ਇੱਥੇ ਅਵਾਰਾ ਡੰਗਰਾਂ ਦੀ ਮਾਰ ਇੰਨੀ ਵੱਧ ਚੁੱਕੀ ਹੈ, ਪੁੱਛੋ ਕੁਛ ਨਾ। ਇੱਕ ਇਨਸਾਨ ਜਿਹੜੇ ਕੰਮ ਕਰਦਾ ਰਾਤ ਨੂੰ, ਉਹ ਰਾਖੀ ਕਰੇ ਕੀ ਕਰ ਸਕਦਾ? ਇਸ ਕਰਕੇ ਨਾ ਇਹ ਤਾਂ ਚਲੋ ਜਿੱਥੇ ਕੋਈ ਨਾ ਬਦਲਾ ਬਹਿ ਗਿਆ ਉੱਥੇ ਵਕਤ ਵਾਸਤੇ ਕਰਨਾ ਹੀ ਪੈਂਦਾ। ਤੁਹਾਡੇ ਪਿੰਡ ਵਾਲੇ ਕਿੰਨੇ ਕੁ ਪਿੰਡਾਂ 'ਚ ਆ ਕੇ ਬੈਠੇ, ਕੋਈ ਮਾੜਾ ਮੋਟਾ ਪਤਾ ਲੱਗਾ ਕਦੀ? ਹਾਂਜੀ, ਸਾਡੇ ਪਿੰਡ ਦੇ ਨਾ ਲੋਕ ਜਿਹੜੇ ਸੀ ਸਾਡੇ ਜ਼ਿਮੀਂਦਾਰਾਂ ਦੇ ਵੀ ਘਰ, ਉਹ ਵੀ ਕੋਈ ਇੱਥੇ ਲਾਗੇ ਝਾਗੇ ਨਹੀਂ, ਉਹ ਵੀ ਸਿੱਧੇ ਨਾ UP 'ਚ ਚਲੇ ਗਏ, ਸਵਾਏ ਇੱਕ ਖੱਤਰੀਆਂ ਦੇ ਘਰ ਤੋਂ ਆ ਜਿਹੜੇ ਭਾਟੀਆ ਦੱਸਿਆ ਹੈ, ਇਹਨਾਂ ਦੇ ਘਰ ਤੋਂ ਬਗੈਰ ਹੋਰ ਕੋਈ ਨਹੀਂ ਸਾਡੇ ਪਿੰਡ ਦਾ ਲਾਗੇ ਝਾਗੇ। ਉਸ ਵਕਤ ਹੀ ਨਾ ਜਦੋਂ ਕਿਤੇ ਇੱਧਰ ਆਏ ਨੇ ਸਾਨੂੰ ਨਹੀਂ ਮਿਲੇ, ਉਹ ਡਾਇਰੈਕਟ ਉੱਧਰ UP 'ਚ ਨਿਕਲ ਗਏ, ਕਦੀ ਮੁਲਾਕਾਤ ਨਹੀਂ ਹੋਈ। ਹਾਂ, ਮਿਲ ਪਏ ਇੰਨੇ ਨੇ ਕੁਦਰਤੀ, ਇਸੇ ਤਰ੍ਹਾਂ ਹੀ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਜਾਂਦੇ, ਬਾਕੀ ਕੋਈ ਇੱਡੀ ਗੱਲਬਾਤ ਨਹੀਂ, ਅਸੀਂ ਨਹੀਂ ਉੱਥੇ ਜਾ ਸਕੇ। ਉੱਧਰ ਤੁਹਾਡਾ ਕੋਈ ਜਠੌਲਾਂ ਦਾ ਵੀ ਮੇਲਾ ਲੱਗਦਾ ਜਿੱਦਾਂ ਜਠੇਰਿਆਂ ਦਾ ਲੱਗਦਾ ਹੁੰਦਾ? ਹਾਂਜੀ, ਠੀਕ ਗੱਲ ਹੈ। ਸਾਡੇ ਪਿੰਡ ਦੇ ਵਿੱਚ ਤਾਂ ਨਾ ਮੇਲਾ ਜਿਹੜਾ ਉਹ ਨਹੀਂ ਸੀ ਲੱਗਦਾ, ਨਾਲ ਹੀ ਜਿਹੜਾ ਪਿੰਡ ਮੈਂ ਤੁਹਾਨੂੰ ਦੱਸਿਆ ਜਠੌਲਾਂ ਦਾ, ਵੀ ਜੋ ਕਿ ਉਹਦਾ ਹੱਦ ਬਸਤਾ ਸਾਡੇ ਨਾਲ ਸੀ। ਅੱਛਾ, ਹੱਦ ਲੱਗਦੀ, ਉੱਥੇ ਮੇਲਾ ਲੱਗਦਾ ਸੀ ਖੇਤਰ ਦੇ ਵਿੱਚ, ਬਹੁਤ ਵਾਰ ਦੱਸਦੇ ਨੇ, ਪਹਿਲੇ ਵਕਤ ਦੇ ਵਿੱਚ ਦੱਸਦੇ ਨੇ। ਇਹ ਪਤਾ ਨਹੀਂ ਮੈਨੂੰ ਕਿ ਕਦੋਂ ਕੁ ਦੀ ਇਹ ਗੱਲ ਹੋਏਗੀ। ਸਾਡੇ ਇੱਕ ਜਗ੍ਹਾ ਸੀ, ਆਹ ਜਿਹੜੀ ਤੁਹਾਨੂੰ ਆਪਣੀ ਬੈਠਕ ਦੱਸਿਆ, ਆਪਣੇ ਘਰ ਦੇ ਰਹਿਸ਼ੇ ਦੂਣਾ 2 ਕਿੱਲੇ ਹਟਵੀਂ, ਜਿੱਡੀ ਦੂਰ ਉਹ ਅੰਬ ਹੋਏਗਾ, ਉਹ ਜਗ੍ਹਾ ਜਿਹੜੀ ਗਈ ਨਾ, ਉਹ ਕਿਸੇ ਵਕਤ ਦੇ ਵਿੱਚ ਪਤਾ ਨਹੀਂ ਪਾਣੀ ਕਿੱਧਰੋਂ ਆਇਆ ਕਿੱਧਰੋਂ ਨਹੀਂ, ਉਹ ਸਾਡੇ ਸੁਣ 'ਚ ਆਈ ਹੈ, ਸਾਡੀ ਭੂਆ ਦੱਸਦੀ ਹੈ ਕਿ ਉਹ ਜਗ੍ਹਾ ਜੀ ਬੇਰੀ ਸੀ, ਬੇਰੀ ਦਾ ਕੋਈ ਦਰਖਤ, ਉਹਦੇ ਉੱਪਰ ਦੀਵੇ ਜਾਗਦੇ, ਉਹ ਜਗ੍ਹਾ ਰੁੜ ਕੇ ਉੱਥੇ ਆ ਗਏ, ਪਾਣੀ ਦੇ ਵਿੱਚ ਆ ਗਈ ਬਰਸਾਤ ਦੇ। ਅੱਛਾ, ਉਸ ਤੋਂ ਬਾਅਦ ਜਿਸ ਵਕਤ ਉੱਥੇ ਆ ਕੇ ਉਹ ਟਿਕ ਗਈ, ਉੱਥੇ ਫਿਰ ਨਾ ਸਾਡੇ ਜਿਹੜੇ ਦਾਦਾ ਜੀ ਸੀ ਉਹਨਾਂ ਨੇ ਵੇਖਿਆ, ਉਹਨਾਂ ਨੇ ਆਖਿਆ ਚਲੋ ਠੀਕ ਹੈ ਆ ਗਈ। ਉਹਨਾਂ ਨੇ ਉਹ ਤੁਸੀਂ ਵਜ੍ਹਾ ਮਥਾ ਕਹਿੰਦਾ ਕੋਈ ਥੋੜ੍ਹੀ ਜਿਹੀ ਜਗ੍ਹਾ ਬਣਵਾ ਦਿੱਤੀ ਦੀਵੇ ਦਾਵੇ ਜਗਾਉਣ ਵਾਸਤੇ। ਆਪ ਹੁਣ ਇਹ ਸੁਣਿਆ ਕਿ ਜਿੰਨਾ ਚਿਰ ਬਾਅਦ ਦਾ ਪਤਾ ਨਹੀਂ, ਪਰ ਸਾਡੇ ਦਾਦਾ ਜੀ ਜਿੰਨਾ ਚਿਰ ਜਿਉਂਦੇ ਸੀ ਨਾ, ਉਹਨਾਂ ਨੇ ਸਭ ਕੁਛ ਹੁੰਦਿਆਂ ਹੋਇਆਂ ਵੀ ਜਾ ਕੇ ਉਸ ਜਗ੍ਹਾ ਦੇ ਉੱਤੇ ਨਾ ਆਹ ਜਿਹੜੀ ਚਾਦਰ ਸੀ ਉਦੋਂ ਬੁੱਕਲੇ ਮਾਰਦੇ ਪੈਂਟ ਕੋਟ 'ਤੇ ਲੋਕ ਹੁਣ ਹੀ ਰਹੇ। ਅੱਛਾ, ਉਸ ਜਗ੍ਹਾ ਨੂੰ ਸਾਫ਼ ਕਰਕੇ ਆਉਣਾ। ਅੱਛਾ, ਹਾਂਜੀ, ਅਤੇ ਉਹਨੂੰ ਮੁਸਲਮਾਨ ਵੀ ਮੰਨਦੇ ਸੀ? ਹਾਂ, ਮੁਸਲਮਾਨ ਵੀ ਮੰਨਦੇ, ਬੇਰੀਆਂ ਬਾਰੀਆਂ ਦਾ ਉੱਥੇ ਝੁੰਡ ਬਹੁਤ ਸੀ, ਕਿਉਂਕਿ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਜ਼ਮੀਨ ਮਰਦਾ ਬਹੁਤ ਖੁੱਲ੍ਹਾ ਸੀ ਸਾਡੇ ਕੋਲ, ਅਤੇ ਕਾਫੀ ਦਰਖਤ ਬੇਰੀਆਂ ਦੇ ਬਾਕੀ ਉਹਦੇ ਲਾਗੇ ਨਾ ਇਹ ਬੈਠਕ ਦੀ ਜਿਹੜੀ ਹਦੋ ਸੀ ਇਹਦੇ ਪਰਲੇ ਪਾਸੇ ਉਸ ਬੇਰੀ ਦੇ ਕੋਲ ਹੀ ਇੱਕ ਪਿੱਪਲ ਦਾ ਦਰਖਤ ਬਹੁਤ ਵੱਡਾ ਸੀ, ਉੱਥੇ ਸਾਡੇ ਦਾਦਾ ਜੀ ਨੇ ਜਾ ਕੇ ਨਾ ਗਰਮੀਆਂ ਦੇ ਦਿਨ ਕੱਟਣੇ, ਗਰਮੀ ਦੇ ਵਿੱਚ ਦੁਪਹਿਰ ਨੂੰ ਉੱਥੇ ਜਾ ਕੇ ਮੰਜਾ ਡਾਉਣਾ, ਉਦੋਂ ਕਿਹੜੇ ਪੱਖੇ ਜੇ ਤਾਂ ਚਲੋ ਪੱਖਾ ਹੁੰਦਾ ਸੀ ਉਦੋਂ ਜਾ ਜਿਹੜਾ ਖਿੱਚਦੇ। ਆਪਸ 'ਚ ਕਦੀ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ ਆਪਸ 'ਚ? ਨਾ ਭਾਈ, ਸਾਡੇ ਪਿੰਡ ਦੇ ਵਿੱਚ ਕੁਛ ਨਹੀਂ ਸੀ ਹੋਇਆ, ਕਿਉਂਕਿ ਸਾਡੇ ਜਿਹੜੇ ਦਾਦਾ ਜੀ ਸੀ ਨਾ ਉਹ ਵੀ ਸਿਆਣੇ ਬੰਦੇ ਸੀ, ਰਿਜਨਲ ਚਾਹੇ ਮਤਲਬ ਇਹਦਾ ਮਤਲਬ ਚੰਗਾ ਨਾਮ ਸੀ ਤੁਹਾਡੇ ਬਜ਼ੁਰਗਾਂ ਦਾ? ਹਾਂਜੀ, ਬਹੁਤ ਚੰਗਾ। ਉਸ ਤੋਂ ਬਾਅਦ ਜਿਹੜਾ ਸਾਡਾ ਪਹਿਲਾਂ ਪੜਦਾਦਾ ਦੱਸਦੇ ਨੇ, ਜਿਸ ਵਕਤ ਉਹਨੇ
ਆਪਣੇ ਹੱਥੀਂ ਜਿਹੜੇ ਸਾਡੇ ਦਾਦੇ ਸੀ ਮਲਕ ਸਾਹਿਬ ਤਾਂ ਇਲਾਹਦਾ ਚਲੇ ਗਿਆ ਨਾ ਮੁਸਲਮਾਨ ਪਾਰਟੀ 'ਚ ਰਲ ਗਿਆ। ਇਹਨਾਂ ਦੋ ਭਰਾਵਾਂ ਨੂੰ ਵੱਖ ਕੀਤਾ। ਉਸ ਵਕਤ ਦੇ ਵਿੱਚ ਦੱਸਦੇ ਨੇ ਕਿ ਤਿੰਨ ਤਿੰਨ ਜੋਗਾਂ ਦਿੱਤੀਆਂ, ਇੱਕ ਇੱਕ ਘੋੜੀ, ਤਿੰਨ ਤਿੰਨ ਮੱਝਾਂ ਆਪਣੇ ਦੋਨਾਂ ਪੁੱਤਰਾਂ ਨੂੰ। ਉਸ ਤੋਂ ਬਾਅਦ ਵੱਖ ਕੀਤਾ ਆਪਣੀ ਹੱਥੀਂ ਕਿ ਮੇਰੇ ਅੱਗੋਂ ਨਾ ਦੋ ਬੱਚੇ ਨੇ ਅਤੇ ਬੜੇ ਚੰਗੇ ਚੇਤਾਵਾਸ ਨਾਲ ਦੁਨੀਆ ਵੱਸਦੀ ਸੀ। ਬਾਕੀ ਚਲੋ ਕਰਮਾਂ ਦੀ ਗੱਲ ਹੈ, ਆ ਵੀ ਵੇਖਣਾ ਪੈਣਾ। ਅਤੇ ਹੁਣ ਤੁਹਾਡੀ ਗੱਲ ਸੁਣਨੀ ਆ ਜੀ ਉਹਨਾਂ ਨੇ। ਹਾਂਜੀ, ਤੁਹਾਡੇ ਜਿਹੜੇ ਮੁਹੰਮਦ ਲੰਬੜਦਾਰ ਕੀ ਨਾਂ ਸੀ? ਹਾਂ, ਮੁਹੰਮਦ ਸ਼ਰੀਫ ਲੰਬੜਦਾਰ। ਉਹ ਹੋਣਗੇ, ਉਹ ਸੁਣਨਗੇ, ਨਹੀਂ ਤਾਂ ਉਹਨਾਂ ਦੀ ਔਲਾਦ ਸੁਣ ਔਲਾਦ ਸੁਣੇਗੀ। ਠੀਕ ਆ, ਤੁਸੀਂ ਆਪਣਾ ਸੁਨੇਹਾ ਦੇ ਦਿਓ ਜੀ, ਤੁਸੀਂ ਕੌਣ ਆ, ਕਿਹੜੀ ਫੈਮਿਲੀ 'ਚੋਂ ਆ? ਹਾਂਜੀ, ਕਿੰਨਾ ਕੁ ਯਾਦ ਕਰਦੇ ਆ ਉਹਨਾਂ ਨੂੰ? ਹਾਂਜੀ, ਮੈਂ ਜੀ ਸਰਦਾਰ ਕਰਮ ਸਿੰਘ ਜੱਠੌਲ ਦਾ ਪੋਤੇ ਹਾਂ। ਮੇਰਾ ਨਾਂ ਜੋਗਿੰਦਰ ਸਿੰਘ ਹੈ। ਹਾਂਜੀ, ਸਾਡੇ ਖਾਨਦਾਨ ਦੇ ਵਿੱਚੋਂ ਇੱਥੇ ਇੱਕ ਘਰ ਮੁਸਲਮਾਨਾਂ ਦਾ ਰੱਤੇ ਜੱਠੌਲਾਂ ਦੇ ਵਿੱਚ ਹੋ ਗਿਆ ਸੀ। ਪਿਛਲੀ ਪੀੜ੍ਹੀ ਬਾਰੇ ਮੈਨੂੰ ਪਤਾ ਨਹੀਂ, ਮੈਨੂੰ ਮਲਕ ਸਾਹਿਬ ਬਾਰੇ ਪਤਾ ਹੈ ਅੱਜ ਤੱਕ, ਕਿਉਂਕਿ ਸਾਡੇ ਨਾ ਇਹ ਭੂਆ ਵੀ ਜਿੰਨੀਆਂ ਨੇ ਹੋਰ ਵੀ ਉਹਨੂੰ ਚਾਚਾ ਜੀ ਹੁਣ ਤੱਕ ਵੀ ਗੱਲਾਂ ਕਰਦੀਆਂ ਕਿ ਚਾਚਾ ਜੀ ਮਲਕ ਸਾਹਿਬ। ਅੱਛਾ, ਜੇ ਤਾਂ ਉਹ ਸੁਣਦੇ ਕਹਿੰਦੇ ਹੋਣ ਤਾਂ ਠੀਕ ਹੈ, ਅਸੀਂ ਵੀ ਉਹਨਾਂ ਦੀ ਵੇਟ ਕਰਾਂਗੇ, ਜੋ ਉਹ ਕਰਨਗੇ ਠੀਕ ਹੈ। ਇਸੇ ਜੀ ਸੁੱਖ ਸੁਨਾ ਨੇ ਹੋਰ ਹੁਣ ਕੀ ਹੈ, ਅਸੀਂ ਵੀ ਨਹੀਂ ਜਾ ਸਕਦੇ, ਉਹ ਵੀ ਨਹੀਂ ਜਾ ਸਕਦੇ। ਦਿਨ ਬ ਦਿਨ ਸਗੋਂ ਨਾ ਹਰ ਇੱਕ ਪਾਸੇ ਭਾਰਾ ਹੀ ਕੰਮ ਹੁੰਦਾ ਜਾਂਦਾ ਜੀ। ਤੁਹਾਨੂੰ ਉਹ ਸੱਦਣ? ਹਾਂਜੀ, ਤੇ ਜਾਓਗੇ ਤੁਸੀਂ? ਹਾਂ ਭਾਈ, ਜਾ ਸਕਦੇ ਹਾਂ। ਅਤੇ ਤੁਹਾਨੂੰ ਕੋਈ ਕਹੇ ਜੀ ਉੱਥੇ ਰਹਿ ਲਓ? ਨਾ ਰਹਿਣਾ ਤਾਂ ਹੁਣ ਆਪਣੀਆਂ ਬੱਚੇ ਛੱਡ ਕੇ ਥੋੜ੍ਹਾ ਰਿਹਾ ਜਾਂਦਾ। ਹਾਂ, ਬਾਕੀ ਭਾਈ ਉਹਦੀ ਮੁਹੰਮਦ ਸ਼ਰੀਫ ਦੀ ਇਹ ਗੱਲ ਵਾਕਈ ਠੀਕ ਹੈ। ਹਾਂ, ਸਾਥੀ ਇਹ ਜਿਹੜੇ ਖੱਤਰੀ ਨੇ ਸਾਡੇ ਪਿੰਡ ਦੇ, ਇਹਨਾਂ ਦਾ ਭਰਾ ਇੱਕ ਵੱਡਾ ਹੁੰਦਾ ਸੀ, ਉਹਨਾਂ ਦਾ ਕੋਈ ਜ਼ਮੀਨ ਦਾ ਰੇੜਕਾ ਹੋ ਗਿਆ, ਇਹ ਪਾਕਿਸਤਾਨ ਗਿਆ। ਇਸ ਬੰਦੇ ਨੇ ਚਿੱਠੀ ਆਉਂਦੀ ਮੁਹੰਮਦ ਸ਼ਰੀਫ ਤੋਂ। ਅੱਛਾ, ਹਾਂਜੀ, ਇਹ ਬੰਦਾ ਹਾਲੇ ਹੈਗਾ ਜੀ? ਉਹ ਬੰਦਾ ਮਰ ਚੁੱਕਾ ਹੈ, ਉਹਦੇ ਭਰਾ ਹੈ, ਭਰਾ ਵੀ ਇੱਕ ਹੀ ਹੈ, ਬਾਕੀ ਚਾਰ ਕੁਮਾਰ ਕੇ ਜਿਹੜਾ ਹੈਗਾ ਉਹਨੂੰ ਯਾਦ ਹੈ ਉੱਥੇ ਦਾ? ਹਾਂ ਭਾਈ ਯਾਦ ਹੈ, ਉਹ ਵੀ ਆਉਂਦਾ ਸੀ ਕਿ ਜਦੋਂ ਗੱਲਬਾਤ ਹੋਈ ਮੈਨੂੰ ਦੱਸਿਓ, ਮੈਨੂੰ ਉਹ ਸਾਡੇ ਨਾਲੋਂ ਕੋਈ ਦੋ ਤਿੰਨ ਸਾਲ ਵੱਡਾ ਹੀ ਹੈ, ਥੋਕ ਦਾ ਕੰਮ ਕਰਦੇ ਤੇ ਬਾਕੀ ਰਹਿ ਗਏ ਇਕੱਠੇ ਬੈਠ ਕੇ ਫਿਰ ਗੱਲਾਂ ਕੀਤੀਆਂ। ਹਾਂ ਭਾਈ ਕਰ, ਹਾਂ ਭਾਈ ਕਰਦੇ ਰਹਿੰਦੇ ਉਹ ਤਾਂ ਬਹੁਤ ਨਾ। ਉਹ ਹੁਣ ਤੱਕ ਜਿਹੜਾ ਸਤਪਾਲ ਹੈ ਉਹ ਇਹ ਵੀ ਖਿੱਚ ਕਰਦਾ ਰਹਿੰਦਾ ਕਿ ਭਾਈ ਜੇ ਤਾਂ ਕਿਤੇ ਨਾ ਇਹ ਬਣੇ ਕੰਮ ਤਾਂ ਚਲੋ ਇੱਕ ਵਾਰੀ ਪਿੰਡ ਜਾ ਕੇ ਆਈਏ। ਹਾਂ, ਕਿਉਂਕਿ ਉਹ ਸਾਡੇ ਨਾਲ ਵੀ ਕਾਲਾ ਹੈ ਕਿ ਇੱਕ ਵਾਰੀ ਪਿੰਡ ਆਪਣਾ ਵੇਖ ਆਈਏ। ਲਓ ਜੀ, ਕੋਈ ਹੋਰ ਗੱਲ ਰਹਿ ਗਈ ਹੋਵੇ? ਹੋਰ ਠੀਕ ਹੈ, ਹੁਣ ਵੇਖ ਲਓ ਤੁਸੀਂ, ਉਹੋ ਹੀ ਗੱਲ ਪੁਰਾਣੇ ਬਜ਼ੁਰਗਾਂ ਦੀ ਚੇਤੇ ਆ ਜਾਂਦੀ ਹੈ ਕਿ ਠੀਕ ਵਕਤ ਬਦਲ ਗਿਆ, ਸਦੀ ਪਲਟ ਗਈ, ਅਸੀਂ ਤਖ਼ਤ ਤੋਂ ਤਖ਼ਤੇ 'ਤੇ ਡਿੱਗ ਪਏ। ਬਾਕੀ ਠੀਕ ਹੈ। ਲਓ ਜੀ, ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਅਸੀਂ ਮਹਿਸੂਸ ਕਰ ਸਕਦੇ ਹਾਂ ਤੁਸੀਂ ਕਿ ਇਸ ਪਾਰਟੀਸ਼ਨ ਨੇ ਕਿੰਨਾ ਪਲਟਾ ਮਾਰਿਆ। ਬਹੁਤ ਬਹੁਤ ਸਾਡੇ ਵਾਸਤੇ ਤਾਂ ਇਹਨਾਂ ਨੂੰ ਬਣਾਇਆ, ਪਰ ਬਹੁਤਿਆਂ ਨੂੰ ਰੋਲਿਆ, ਬਹੁਤਿਆਂ ਨੂੰ ਰੋਲਿਆ। ਠੀਕ ਆ, ਅਤੇ ਇਹਨਾਂ ਦੀਆਂ ਗੱਲਾਂ ਤੋਂ ਜੋ ਮਹਿਸੂਸ ਹੁੰਦਾ ਕਿ ਬਹੁਤ ਵੱਡੀ ਬੈਕਗ੍ਰਾਊਂਡ ਸੀਗੀ ਇਹਨਾਂ ਦੀ, 47 ਇਹਨਾਂ ਨੂੰ ਬਹੁਤ, ਹਾਂਜੀ ਬਹੁਤ ਵੱਡਾ ਸੰਤਾਪ ਬਣ ਕੇ ਇਹਨਾਂ ਲਈ ਆਇਆ, ਨਕੰਮੀ ਹਾਲਤ ਵੇਖੀ ਬਹੁਤ। ਅਤੇ ਚਲੋ ਬਾਬਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜੇ ਕੋਈ ਸੁਨੇਹਾ ਆਇਆ ਹਾਂਜੀ ਲੰਬੜਦਾਰਾਂ ਦਾ, ਹਾਂ ਉਹ ਤੁਹਾਡੇ ਤੱਕ ਪਹੁੰਚਦਾ ਕਰ ਦੇਣਾ ਜੀ ਅਸੀਂ। ਬਹੁਤ ਚੰਗੀ ਗੱਲ ਹੈ, ਖੁਸ਼ੀ ਹੋ ਸਕਦਾ, ਅਸੀਂ ਆਸ ਕਰਦੇ ਹਾਂ ਵੀ ਤੁਹਾਡੀ ਕਿਸੇ ਨਾ ਕਿਸੇ ਨਾਲ, ਹਾਂ ਤੁਹਾਡੇ ਆਪਣੇ ਜਿਹੜੇ ਸਕੇ ਸੋਧਰੇ, ਹਾਂ ਠੀਕ ਹੈ, ਉਹਨਾਂ ਨਾਲ ਗੱਲ ਹੋ ਜਾਏ। ਹਾਂ ਚਲੋ, ਚੰਗਾ ਲੱਗੂਗਾ ਜੀ ਉਧਰੋਂ ਕੋਈ ਗੱਲ। ਹਾਂ ਭਾਈ, ਕੋਈ ਗੱਲਬਾਤ ਕਰੇਗਾ, ਖੁਸ਼ੀ ਦੀ ਗੱਲ ਦੇ। ਥੈਂਕ ਯੂ ਜੀ, ਮਿਹਰਬਾਨੀ ਬਾਬਾ। ਠੀਕ ਹੈ।